हाँ जी रेडियो हाँ जी 1674 रेम तुसी एंजॉय कर रहे हो, दिस इज योर अपना आरजे पुनीत। ते आज मैं आ चुका हां लेके एक बहुत ही खास पर्सनैलिटी नाल, ते मैं बहुत ज्यादा प्राउड फील कर रहा हां इस पर्सनैलिटी नाल गल करते हुए। पता क्यों? क्योंकि वी मेलबर्न तो ने ते असी भी सारे मेलबर्न बैठे हां। साडे यूथ आइकन बबल राय जी, वेलकम बबल राय टू रेडियो हाँ जी मेलबर्न 1674 एम। ਸਤਿ ਸ਼੍ਰੀ ਅਕਾਲ ਪੁਨੀਤ ਵੀਰੇ ਤੇ ਸਾਰੇ ਹਾਂਜੀ ਰੇਡੀਓ ਸੁਣਨ ਵਾਲੇ ਲਿਸਨਰਸ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕਿਉਂਕਿ ਮੇਰਾ ਆਪਣਾ ਸ਼ਹਿਰ ਹੈ ਜੀ। ਸਾਰੇ ਮੇਰੇ ਆਪਣੇ ਤੁਹਾਡੇ ਪਿਆਰ ਕਰਕੇ ਮੈਂ ਇੱਥੇ ਤੱਕ ਪਹੁੰਚਿਆ, ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਬਲ ਰਾਏ ਜੀ ਸਾਡੇ ਵੱਲੋਂ ਵੀ। ਤੇ ਬਬਲ ਰਾਏ ਜੀ, ਸਭ ਤੋਂ ਪਹਿਲਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਸਾਰੇ ਜਿਹੜੇ ਲੋਕ ਨੇ ਪੰਜਾਬ ਤੋਂ ਆਸਟ੍ਰੇਲੀਆ ਆਉਂਦੇ ਨੇ ਜਾਂ ਕਿਸੇ ਹੋਰ ਕੰਟਰੀ ਆ ਕੇ ਕੁਝ ਨਾ ਕੁਝ ਬਣਦੇ ਨੇ, ਕੁਝ ਜ਼ਿੰਦਗੀ 'ਚ ਖੱਟਦੇ ਨੇ, ਤੇ ਤੁਸੀਂ ਮੈਲਬਰਨ ਤੋਂ ਪੰਜਾਬ ਜਾ ਕੇ ਇੱਕ ਸੁਪਰਸਟਾਰ ਬਣ ਗਏ। ਸਭ ਤੋਂ ਪਹਿਲਾਂ ਇਹੀ ਆ ਕਿ ਆਸਟ੍ਰੇਲੀਆ ਦਾ ਕਿੰਨਾ ਕੁ ਹੱਥ ਆ ਤੁਹਾਡੇ ਸੁਪਰਸਟਾਰ ਬਣਨ 'ਚ? ਨਹੀਂ ਜੀ, ਮੈਂ ਪੂਰਾ ਪੂਰਾ ਹੱਥ ਆਸਟ੍ਰੇਲੀਆ ਦਾ, ਬਿਕੋਜ਼ ਮੈਂ ਤਾਂ ਆਸਟ੍ਰੇਲੀਆ ਪੜ੍ਹਨ ਦੇ ਲਈ ਆਇਆ ਸੀਗਾ, ਐਜ਼ ਅ ਸਟੂਡੈਂਟ ਆਇਆ ਸੀਗਾ, ਪਰ ਆਸਟ੍ਰੇਲੀਆ ਨੇ ਮੈਨੂੰ ਬਹੁਤ ਫੇਮ ਦਿੱਤਾ, ਹੈ ਨਾ ਜੀ, ਤੁਹਾਡਾ ਸਾਰਿਆਂ ਦਾ ਬਹੁਤ ਪਿਆਰ ਮਿਲਿਆ, ਕਿਉਂਕਿ ਜਿੰਨੇ ਵੀ ਗਾਣੇ ਮੈਂ ਯੂਟਿਊਬ ਦੇ ਉੱਤੇ ਗਾਏ, ਹੈ ਨਾ, ਚਾਹੇ ਉਹ ਪ੍ਰੀ ਪਲੈਨਡ ਨਹੀਂ ਸੀਗੇ, ਪਰ ਉਹ ਸਾਰੇ ਓਵਰਸੀਜ਼ ਸਟੂਡੈਂਟਸ ਦੀ ਲਾਈਫ ਨਾਲ ਵਾਹ ਵਸਤਾ ਸੀਗੇ, ਜਿਹੜੀਆਂ ਆਪਣੀਆਂ ਉੱਥੇ ਦੀਆਂ ਮੁਸ਼ਕਿਲਾਂ ਸੀਗੀਆਂ, ਉਹਨਾਂ ਨੂੰ ਐਜ਼ ਅ ਹਿਊਮਰ ਜਿਹੜਾ ਸੀਗਾ ਅਸੀਂ ਪੇਸ਼ ਕੀਤਾ, ਤੇ ਬਹੁਤ ਸਾਰਿਆਂ ਨੇ ਐਪਰੀਸ਼ੀਏਟ ਕੀਤਾ। ਉੱਥੇ ਹੀ ਮੈਨੂੰ ਉਹ ਹੌਸਲਾ ਮਿਲਿਆ ਕਿ ਹਾਂ ਮੈਂ ਕੁਛ ਕਰ ਸਕਦਾ, ਮੇਰੇ 'ਚ ਟੈਲੈਂਟ ਹੈਗਾ, ਮੈਂ ਲਿਖ ਸਕਦਾ, ਗਾ ਸਕਦਾ। ਤੇ ਉਸ ਤੋਂ ਬਾਅਦ ਫਿਰ ਪੰਜਾਬ ਮੈਂ ਇਸ ਲਈ ਆ ਗਿਆ ਕਿਉਂਕਿ ਆਪਣੇ ਉੱਥੇ ਹਜੇ ਨੀ ਇੰਡਸਟਰੀ ਨਹੀਂ ਹੈਗੀ, ਇੰਨਾ ਕੰਮ ਨਹੀਂ ਹੈਗਾ ਸਿੰਗਰਸ ਦੇ ਲਈ ਜਾਂ ਐਕਟਰਸ ਦੇ ਲਈ। ਬਿਲਕੁਲ, ਤਾਂ ਕੰਮ ਦੇ ਲਈ ਹੀ ਪੰਜਾਬ ਤੋਂ ਆਸਟ੍ਰੇਲੀਆ ਗਏ ਸੀਗੇ, ਤਾਂ ਉੱਥੋਂ ਜਦੋਂ ਡੈਸਟੀ ਨੇ ਇੱਧਰ ਨੂੰ ਤੁਰਤਾ, ਤਾਂ ਫਿਰ ਜਦੋਂ ਮੇਰੀ ਪੀ ਆਰ ਹੋ ਗਈ ਉਸ ਤੋਂ ਬਾਅਦ ਫਿਰ ਮੈਂ ਇੰਡੀਆ ਦੇ ਵਿੱਚ ਆ ਗਿਆ, ਕਿਉਂਕਿ ਹੁਣ ਇੱਥੇ ਸਾਡੇ ਲਾਈਵ ਸ਼ੋਜ਼ ਜਾਂ ਜਿਹੜੇ ਸ਼ੂਟਿੰਗਸ ਆ ਉਹ ਸਾਨੂੰ ਈਜ਼ੀ ਹੋ ਜਾਂਦਾ ਥੋੜ੍ਹਾ ਜਿਹਾ। ਬਿਲਕੁਲ, ਤੇ ਬਬਲ ਜੀ ਉਸ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ, ਤੇ ਹੁਣ ਆ ਰਹੀ ਹੈ ਸਰਗੀ, 24 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਵੈਲੈਂਟਾਈਨ ਮੰਥ ਚੱਲਦਾ ਪਿਆ, ਤੇ ਤੁਸੀਂ ਵੀ ਥੋੜ੍ਹਾ ਹੋਰ ਰੋਮਾਂਟਿਕ ਕਰ ਰਹੇ ਹੋ ਮਾਹੌਲ ਨੂੰ, ਤੇ ਸਰਗੀ ਬਾਰੇ ਕੁਝ ਦੱਸੋ, ਸਰਗੀ ਕਿੱਦਾਂ ਆਈ ਥੋੜੀ ਜ਼ਿੰਦਗੀ 'ਚ? ਜੀ ਬਿਲਕੁਲ, ਮੈਂ ਤੁਹਾਨੂੰ ਦੱਸਦਾ ਕਿ ਸਰਗੀ ਜਿਹੜੀ ਫਿਲਮ ਆ ਬਹੁਤ ਹੀ ਇੰਟਰਟੇਨਿੰਗ ਆ, ਇੱਕ ਫਨ ਰਾਈਡ ਹੋ ਗਈ ਸਾਰਿਆਂ ਦੇ ਲਈ, ਬਿਕੋਜ਼ ਅਸੀਂ ਫਿਲਮ ਦੇਖ ਲਈ ਆਲਰੇਡੀ ਡਬਿੰਗ ਦੇ ਦੌਰਾਨ, ਮੈਂ ਵੀ, ਜੱਸੀ ਨੇ, ਸਾਡੀ ਸਾਰੀ ਟੀਮ ਨੇ, ਤੇ ਅਸੀਂ ਬਹੁਤ ਹੈਪੀ ਹਾਂ ਕਿ ਜਿੱਦਾਂ ਦਾ ਅਸੀਂ ਸੋਚਿਆ ਸੀਗਾ ਬਿਲਕੁਲ ਉੱਦਾਂ ਦੀ ਫਿਲਮ ਬਣ ਕੇ ਤਿਆਰ ਹੋਈ ਆ। ਤੇ ਅੱਜ ਦੀ ਜਿਹੜੀ ਸਟ੍ਰੈਸ ਵਾਲੀ ਲਾਈਫ ਆ, ਜਿੱਦਾਂ ਆਪਾਂ ਨੂੰ ਪਤਾ ਹੈ, ਖਾਸ ਕਰਕੇ ਓਵਰਸੀਜ਼ ਆਪਾਂ ਸ਼ਿਫਟਾਂ ਦੇ ਵਿੱਚ ਆਪਣੀ ਜ਼ਿੰਦਗੀ ਜਿਉਂਦੇ ਹਾਂ, ਹੈ ਨਾ, ਕਿ 8 ਘੰਟੇ ਸੌਂਦੇ, 7 ਘੰਟੇ ਕੰਮ ਕਰ ਲਿਆ, ਹੈ ਨਾ, ਫਿਰ ਵੀਕਐਂਡ ਤੇ ਚਲੋ ਦੋਸਤਾਂ ਨਾਲ ਇੰਜੋਏ ਕਰ ਲਿਆ, ਤਾਂ ਉਹ ਜਿਹੜੀ ਸਟ੍ਰੈਸ ਨੂੰ ਦੂਰ ਕਰੂਗੀ ਬਿਲਕੁਲ, ਕਿਉਂਕਿ ਇਹਦੇ ਸਟਾਰਟਿੰਗ ਤੋਂ ਲੈ ਕੇ ਲਾਸਟ ਤੱਕ ਜਿਹੜਾ ਲਾਫਟਰ ਹੀ ਲਾਫਟਰ ਆ, ਹੈ ਨਾ, ਇਹਦੇ ਵਿੱਚ ਕੰਮ ਕੀਤਾ ਜੀ ਮੈਂ, ਮੇਰੇ ਨਾਲ ਜੱਸੀ ਗਿੱਲ ਤੇ ਨੀਰੂ ਬਾਜਵਾ ਜੀ ਨੇ, ਤੇ ਸਾਡੇ ਨਾਲ ਬਹੁਤ ਇੱਕ ਖਾਸ ਕਰੈਕਟਰ ਦੇ ਵਿੱਚ ਕਰਮਜੀਤ ਅਨਮੋਲ ਬਾਈ ਤੇ ਬੀ ਐਨ ਸ਼ਰਮਾ ਜੀ ਤੇ ਹੋਰ ਸਾਰੇ ਆਰਟਿਸਟ ਜਿਨ੍ਹਾਂ ਨੇ ਕੰਮ ਕੀਤਾ, ਬਹੁਤ ਵਧੀਆ ਕੰਮ ਕੀਤਾ, ਤੇ ਮੈਨੂੰ ਉਮੀਦ ਹੈ ਕਿ ਸਾਰੇ ਨੂੰ ਫਿਲਮ ਬਹੁਤ ਪਸੰਦ ਆਊਗੀ, ਤੇ ਖਾਸ ਤੌਰ ਤੇ ਨੀਰੂ ਬਾਜਵਾ ਜੀ ਦੀ ਐਜ਼ ਅ ਡਾਇਰੈਕਟਰ ਇਹ ਪਹਿਲੀ ਫਿਲਮ ਆ, ਤੇ ਉਹਨਾਂ ਨੇ ਵੀ ਹਾਂਜੀ ਬਖੂਬੀ ਆਪਣੀ ਜੌਬ ਹੈ ਜਿਹੜੀ ਨਿਭਾਈ ਹੈ, ਤੇ ਸਭ ਤੋਂ ਬਹੁਤ ਵਧੀਆ ਕੰਮ ਲਿਆ ਉਹਨਾਂ ਨੇ ਸਾਰੇ ਐਕਟਰਾਂ ਤੋਂ, ਮੇਰੇ ਕਰੈਕਟਰ ਦਾ ਨਾਂ ਹੀ ਕਸੂਤਾ ਜਿਹਾ, ਇੱਕ ਤਾਂ ਉਹਦਾ ਨਾਂ ਹੈਗਾ ਕੈਮ, ਉਦਾਂ ਕਰਮਜੀਤ ਸਿੰਘ ਆ, ਹਾਂਜੀ, ਪਰ ਉਹਦਾ ਛੋਟਾ ਨਾਂ ਕੈਮ ਆ ਫਿਲਮ ਦੇ ਵਿੱਚ, ਤੇ ਉਹ ਬਹੁਤ ਫਲਰਟ ਹੀ ਆ, ਜਿੱਥੇ ਕੁੜੀ ਦੇਖਦਾ ਉਹਦੇ ਮਗਰ ਹੋ ਜਾਂਦਾ, ਹੈ ਨਾ, ਜਿੱਦਾਂ ਕਹਿੰਦੇ ਨੀ ਕਿ ਫਲਰਟ ਕਰਨ ਲੱਗ ਜਾਂਦਾ। ਬਿਲਕੁਲ ਬਿਲਕੁਲ, ਸੋ ਹਾਂ, ਤੇ ਮੈਨੂੰ ਪਰ ਬੜਾ ਮਜ਼ਾ ਆਇਆ ਫਿਲਮ ਦੇ ਵਿੱਚ ਕਰੈਕਟਰ ਨਿਭਾਉਣ ਨੂੰ, ਕਿਉਂਕਿ ਬਹੁਤ ਸਾਰੀਆਂ ਗਰਲਫ੍ਰੈਂਡਸ ਮਿਲੀਆਂ ਫਿਲਮ ਦੇ ਦੌਰਾਨ, ਫਿਰ ਰਵੀਨਾ ਨਾਲ ਵੀ, ਹਾਂ, ਮਤਲਬ ਫਲਰਟ ਕਰਨ ਦਾ ਮੇਰੇ ਕੋਲ ਪੂਰਾ ਪੂਰਾ ਲਾਇਸੈਂਸ ਸੀਗਾ, ਸੋ ਏਦਾਂ ਦੀ ਸਿਚੁਏਸ਼ਨ ਕ੍ਰੀਏਟ ਹੁੰਦੀਆਂ ਫਿਲਮ ਦੇ ਵਿੱਚ ਕਿ ਬਹੁਤ ਜ਼ਿਆਦਾ ਜਿਹੜਾ ਹਿਊਮਰ ਉਹ ਨਿਕਲ ਕੇ ਆਊਗਾ। ਤੇ ਮੈਂ ਤੁਹਾਨੂੰ ਪਤਾ ਅਗਲਾ ਸਵਾਲ ਇਹੀ ਤਿਆਰ ਕੀਤਾ ਹੋਇਆ ਸੀ, ਫਿਲਮ 'ਚ ਤੁਸੀਂ ਇੱਕ ਕੀ ਕਹਿੰਦੇ ਉਹਨੂੰ ਕਿ ਦਿਲ ਫੇਂਕੂ ਆਸ਼ਿਕ, ਮੈਂ ਜਿੱਥੇ ਕੁੜੀ ਦੇਖੀ ਉੱਥੇ ਕਰਤਾ ਪਰਬੋਸ ਉਹ ਬਣੇ ਹੋਏ ਹੋ, ਤੇ ਜੱਸੀ ਗਿੱਲ ਇੱਕ ਸਾਊ ਬੰਦੇ ਬਣੇ ਹੋਏ ਹੋ, ਤੇ ਜ਼ਿੰਦਗੀ ਅਸਲ ਜ਼ਿੰਦਗੀ 'ਚ ਦੋਵਾਂ ਵਿੱਚ ਇਹ ਉਲਟਿਆ, ਤੁਸੀਂ ਦੱਸਤਾ ਕਿ ਤੁਸੀਂ ਤਾਂ ਉਲਟੋ, ਲੇਕਿਨ ਜੱਸੀ ਗਿੱਲ ਉਹ ਸਾਊ ਆ ਜਾਂ ਫਿਰ ਉਹ ਫਲਰਟ ਕਰਦੇ ਆ ਅਸਲ ਜ਼ਿੰਦਗੀ 'ਚ ਵੀ? ਮੈਨੂੰ ਲੱਗਦਾ ਜੀ ਅਸੀਂ ਇਕੁਅਲੀ ਸਾਊ ਜਿਹੀ ਆ, ਬਿਕੋਜ਼ ਇਹ ਹੁੰਦਾ ਕਿ ਜਦੋਂ ਪਹਿਲਾਂ ਪੜ੍ਹਦੇ ਹੁੰਦੇ ਸੀਗੇ, ਹੈ ਨਾ, ਜਦ ਆਪਾਂ, ਤੁਸੀਂ ਵੀ ਜਦੋਂ ਆਪਣੇ ਕਾਲਜ ਲਾਈਫ 'ਚ ਜਾਂ ਸਕੂਲ ਲਾਈਫ ਦੇ ਵਿੱਚੋਂ ਨਿਕਲੇ ਹੋਵੋਗੇ, ਤਾਂ ਓਬਵੀਅਸਲੀ ਮੁੰਡਿਆਂ ਨੂੰ ਹੁੰਦਾ, ਹੈ ਨਾ, ਕਿ ਯਾਰ ਗਰਲਫ੍ਰੈਂਡਸ ਹੋਣ, ਪਰ ਆਪਣੇ 'ਚ ਕੌਨਫੀਡੈਂਸ ਨਹੀਂ ਹੁੰਦਾ ਜਾਂ ਜਾ ਕੇ ਗੱਲ ਕਰਨ ਦਾ। ਉਦੋਂ ਬਾਅਦ ਹੁਣ ਫੇਮਸ ਹੀ ਇੰਨਾ ਹੋ ਗਿਆ, ਹੁਣ ਜੇ ਚਾਹੀਏ ਜਿੰਨਾ ਵੀ ਕਿਸੇ ਨੂੰ ਅਪਰੋਚ ਨਹੀਂ ਕਰਦਾ। ਲੇਕਿਨ ਗਾਣੇ ਤੁਸੀਂ ਕਰ ਦਿੰਦੇ ਹੋ, ਗਰਲਫ੍ਰੈਂਡ ਵੀ ਸੋਹਣੀ ਲੱਭ ਗਈ ਹੁਣ। ਹਾਂਜੀ, ਮੈਂ ਕਿਹਾ ਗਾਣਿਆਂ ਵਿੱਚ, ਲੇਕਿਨ ਤੁਸੀਂ ਉਹ ਜਿਹੜੀ ਚੀਜ਼ ਮਿਸ ਕੀਤੀ ਉਹ ਤੁਸੀਂ ਸ਼ੋਅ ਕਰ ਦਿੰਦੇ ਹੋ, ਆ ਹੁਣ ਹਾਂ ਤੇਥੋਂ ਸੋਹਣੀ ਹੋਰ ਲੱਭ ਗਈ, ਜਾਂ ਫਿਰ ਗਰਲਫ੍ਰੈਂਡ ਵਾਲੀ ਲੈ ਰੱਬ ਨੇ ਪਾਈ ਨਹੀਂ। ਬਿਲਕੁਲ, ਇੱਕ ਜਿਹੜਾ ਆਰਟਿਸਟ ਹੁੰਦਾ ਏ, ਮੈਨੂੰ ਲੱਗਦਾ ਜੋ ਮਤਲਬ ਸੁਭਾਅ ਦਾ ਸ਼ਾਂਤ ਵੀ ਆ, ਨਹੀਂ ਬੋਲਦਾ, ਤਾਂ ਉਹਦੀਆਂ, ਚਾਹੇ ਉਹ ਪੇਂਟਰ ਹੋਵੇ, ਉਹਦੀਆਂ ਪੇਂਟਿੰਗਸ, ਉਹਦੀਆਂ ਕਹਾਣੀਆਂ, ਉਹਦੇ ਸ਼ੇਅਰ, ਉਹਦੇ ਗਾਣੇ, ਹੈ ਨਾ, ਤਾਂ ਉਹ ਆਪਣੇ ਦਿਲ ਦੇ ਜਜ਼ਬਾਤ ਆਪਣੇ ਕੰਮ ਦੇ ਥਰੂ ਕੱਢਦਾ ਆਲਵੇਜ਼, ਹੈ ਨਾ, ਸੋ ਗਾਣਿਆਂ ਦੇ ਵਿੱਚ ਆ ਜਾਂਦੀਆਂ ਫੀਲਿੰਗਸ ਜੀ। ਤੇ ਬਬਲ ਜੀ, ਨੀਰੂ ਬਾਜਵਾ ਬਹੁਤ ਹੀ ਵਧੀਆ ਐਕਟਰੈਸ ਨੇ ਨਾ, ਸਭ ਜਾਣਦੇ ਨੇ,
ਤੇ ਆਈ ਥਿੰਕ ਹੁਣ ਤੁਸੀਂ ਜਾਣ ਗਏ ਹੋਵੋਗੇ ਕਿ ਉਹ ਕਿੰਨੇ ਕੁ ਵਧੀਆ ਡਾਇਰੈਕਟਰ ਨੇ, ਕਿਉਂਕਿ ਤੁਸੀਂ ਫਿਲਮ ਉਹਨਾਂ ਨਾਲ ਸ਼ੂਟ ਕਰ ਚੁੱਕੇ ਹੋ, ਤੇ ਸਾਨੂੰ ਦੱਸੋ ਕਿ ਉਹ ਮਤਲਬ ਸੈੱਟ ਤੇ ਐਜ਼ ਏ ਡਾਇਰੈਕਟਰ ਕਿਵੇਂ ਦੇ ਨੇ। ਜੀ ਬਿਲਕੁਲ, ਮੈਂ ਤਾਂ ਉਹਨਾਂ ਦਾ ਫੈਨ ਰਿਹਾ ਸ਼ੁਰੂ ਤੋਂ, ਜਦੋਂ ਤੋਂ ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ, ਜਦੋਂ ਤੋਂ ਆਪਾਂ ਕਾਲਜ ਆਪਣੀ ਲਾਈਫ ਦੇ ਵਿੱਚ ਜਿੰਨੇ ਵੀ ਉਹਨਾਂ ਨੇ ਪੰਜਾਬੀ ਫਿਲਮਾਂ ਕੀਤੀਆਂ ਹਨਾ, ਹਾਂਜੀ, ਤੇ ਮੈਂ ਉਹਨਾਂ ਦਾ ਫੈਨ ਸੀਗਾ ਤੇ ਬਹੁਤ ਐਕਸਾਈਟਿਡ ਸੀਗਾ ਉਹਨਾਂ ਨਾਲ ਕੰਮ ਕਰਨ ਨੂੰ ਲੈ ਕੇ। ਤੇ ਪਰ ਇਹ ਆ ਕਿ ਮੈਂ ਨਰਵਸ ਵੀ ਸੀਗਾ ਜਿਸ ਦਿਨ ਪਹਿਲੇ ਦਿਨ ਸਾਡੀ ਸ਼ੂਟਿੰਗ ਸਟਾਰਟ ਹੋਈ ਹਨਾ, ਕਿ ਯਾਰ ਨੀਰੂ ਬਾਜਵਾ ਹਨਾ ਵੱਡਾ ਨਾਮ ਆ, ਪਤਾ ਨੀ ਹਨਾ ਈਗੋ ਨਾ ਹੋਵੇ ਕਿੱਦਾਂ ਟ੍ਰੀਟ ਕਰਨਗੇ ਸਾਨੂੰ ਹਨਾ। ਤਾਂ ਉਹਨਾਂ ਨੇ ਬਿਲਕੁਲ ਵੀ ਸਾਨੂੰ ਮਤਲਬ ਔਕਵਰਡ ਨਹੀਂ ਫੀਲ ਹੋਣ ਦਿੱਤਾ ਹੈਗਾ, ਬਹੁਤ ਹੀ ਸਹਿਜ ਤਰੀਕੇ ਨਾਲ ਉਹਨਾਂ ਨੇ ਸਾਡੇ ਤੋਂ ਕੰਮ ਲਿਆ, ਬਹੁਤ ਫਰੈਂਡਲੀ ਸੀਗੇ ਸਾਰਿਆਂ ਦੇ ਨਾਲ। ਈਵਨ ਰਬੀਨਾ ਉਹਨਾਂ ਦੀ ਸਿਸਟਰ ਸੀ, ਉਹਦੀ ਪਹਿਲੀ ਫਿਲਮ ਸੀਗੀ, ਤੇ ਪਰ ਉਹਨੂੰ ਵੀ ਉਹਨਾਂ ਨੇ ਸਾਡੇ ਮਤਲਬ ਐਜ਼ ਐਨ ਐਕਟਰ ਹੀ ਟ੍ਰੀਟ ਕੀਤਾ ਜਿੱਦਾਂ ਸਾਨੂੰ ਕਰਦੇ ਸੀਗੇ। ਬਿਲਕੁਲ, ਤੇ ਸਾਨੂੰ ਕੰਮ ਕਰਕੇ ਦਿਖਾ ਦਿੰਦੇ ਸੀ, ਸੀਨ ਕਰਕੇ ਦਿਖਾ ਦਿੰਦੇ ਸੀਗੇ, ਯਾਰ ਮੈਨੂੰ ਇੱਦਾਂ ਚਾਹੀਦਾ ਹਨਾ। ਤਾਂ ਮਤਲਬ ਸਾਡੇ ਲਈ ਬਹੁਤ ਸੌਖਾ ਸੀਗਾ ਤੇ ਬੜਾ ਫਰੈਂਡਲੀ ਰਿਹਾ ਉਹਨਾਂ ਨਾਲ ਕੰਮ ਕਰਨਾ। ਇਸੇ ਕਰਕੇ ਜਿਹੜੀ ਤੁਸੀਂ ਜਦੋਂ ਫਿਲਮ ਦੇਖੋਗੇ, ਫਿਲਮ ਦੇ ਵਿੱਚ ਕੈਮਿਸਟਰੀ ਹੈ ਜਿਹੜੀ ਬਹੁਤ ਵਧੀਆ ਨਿਕਲ ਕੇ ਆਈ ਹੈ ਸਾਰਿਆਂ ਦੀ, ਤੇ ਮੈਨੂੰ ਪੂਰੀ ਪੂਰੀ ਉਮੀਦ ਆ ਵੀ ਸਾਰਿਆਂ ਨੂੰ ਫਿਲਮ ਬਹੁਤ ਪਸੰਦ ਆਊਗੀ। ਬਿਲਕੁਲ, ਤੇ ਬੱਬਲ ਬਾਜੀ ਫਿਲਮ ਰਿਲੀਜ਼ ਹੋ ਰਹੀ ਆ 24 ਤਰੀਕ ਨੂੰ, ਤੇ ਤੁਸੀਂ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਪਹਿਲੇ ਦਿਨ ਨਰਵਸ ਸੀ ਕਿ ਹੁਣ ਨਰਵਸ ਹੋ ਰਿਲੀਜ਼ ਤੋਂ ਇੱਕ ਦਿਨ ਪਹਿਲਾਂ, ਜਾਂ ਓਵਰਆਲ ਅਗਰ ਗੱਲ ਕਰੀਏ ਜਨਰਲੀ ਕਿ ਜਦੋਂ ਵੀ ਤੁਹਾਡਾ ਕੋਈ ਗਾਣਾ ਰਿਲੀਜ਼ ਹੋਣ ਜਾ ਰਿਹਾ ਹੁੰਦਾ, ਉਸ ਤੋਂ ਇੱਕ ਰਾਤ ਪਹਿਲਾਂ ਕਿੱਦਾਂ ਦੀ ਸਟੇਟ ਆਫ ਮਾਈਂਡ ਹੁੰਦੀ ਆ ਕਿ ਉਹ ਨਰਵਸਨੈਸ ਹੁੰਦੀ ਹੈ ਕਿ ਹਾਂ ਪੇਪਰ ਦੇਤਾ ਆ ਹੁਣ ਰਿਜ਼ਲਟ ਆਉਣ ਵਾਲਾ ਸਵੇਰੇ? ਬਿਲਕੁਲ, ਮੈਂ ਆਪਣਾ ਆਨਸਰ ਇਹੀ ਕਹਿਣ ਲੱਗਿਆ ਸੀਗਾ ਕਿ ਏਦਾਂ ਹੀ ਹੁੰਦਾ ਕਿ ਯਾਰ ਜਿੱਦਾਂ 10ਵੀਂ 12ਵੀਂ ਦੇ ਬੋਰਡ ਦੇ ਇਗਜ਼ਾਮ ਦਾ ਰਿਜ਼ਲਟ ਆਉਣ ਵਾਲਾ ਹੁੰਦਾ ਨਾ। ਹਾਂਜੀ, ਯਾਰ ਹਨਾ ਵੀ ਮਿਹਨਤ ਕੀਤੀ ਸੀਗੀ ਤੇ ਵੀ ਹੁਣ ਪਤਾ ਨੀ ਕਿੱਦਾਂ ਲੋਕਾਂ ਨੇ ਪਸੰਦ ਕਰਨਾ ਹਨਾ, ਕਿੱਦਾਂ ਨਹੀਂ ਕਰਨਾ ਹੈਗਾ। ਸੋ ਓਬਵੀਅਸਲੀ ਐਕਸਾਈਟਿਡ ਵੀ ਬਹੁਤ ਆ, ਪਰ ਸਾਨੂੰ ਇਸ ਫਿਲਮ ਦੇ ਉੱਤੇ ਭਰੋਸਾ ਬਹੁਤ ਜ਼ਿਆਦਾ ਹੈ, ਕਿਉਂਕਿ ਤੁਹਾਨੂੰ ਇੱਕ ਆਈਡੀਆ ਹੋ ਜਾਂਦਾ ਹਨਾ ਆਪਣੀ ਫਿਲਮ ਦੇਖ ਕੇ, ਆਪਣਾ ਗਾਣਾ ਵੀ ਸੁਣ ਕੇ, ਯਾਰ ਆਹ ਚੀਜ਼ ਵਧੀਆ ਹਨਾ, ਤੇ ਮਤਲਬ ਵਿਜੇ ਨੂੰ ਹਾਂ ਇਹਨੂੰ ਕੋਈ ਮਾੜਾ ਨੀ ਕਹਿ ਸਕਦਾ ਹੈਗਾ ਹਨਾ। ਸੋ ਸਰ ਕੀ ਉੱਦਾਂ ਦੀ ਫਿਲਮ ਆ ਕਿ ਅਸੀਂ ਬਹੁਤ ਕੌਨਫੀਡੈਂਟ ਹਾਂ ਇਹਨੂੰ ਲੈ ਕੇ, ਤੇ ਮਤਲਬ ਮੈਂ ਬਹੁਤ ਪ੍ਰਾਊਡਲੀ ਕਹਿਣਾ ਕਿ ਜਿਹੜਾ ਵੀ ਫਿਲਮ ਦੇਖੂਗਾ ਇਹ ਨਹੀਂ ਕਹਿ ਸਕਦਾ ਕਿ ਯਾਰ ਫਿਲਮ ਚੰਗੀ ਨਹੀਂ ਲੱਗੀ ਹੈਗੀ। ਫਿਲਮ ਬਹੁਤ ਵਧੀਆ, ਤੇ ਅਸੀਂ ਬਿਲਕੁਲ ਨਰਵਸ ਹੈਗੇ ਹਾਂ ਥੋੜੇ ਥੋੜੇ, ਕਿਉਂਕਿ ਇੱਦਾਂ ਹੁੰਦਾ ਹੈ ਹਨਾ ਕਿ ਯਾਰ ਲੋਕਾਂ ਦਾ ਰਿਐਕਸ਼ਨ ਆ ਜਿਹੜਾ ਉਹ ਕਿੱਦਾਂ ਦਾ ਹੋਊਗਾ, ਤੇ ਪਰ ਨਾਲ ਦੀ ਨਾਲ ਕੌਨਫੀਡੈਂਸ ਵੀ ਹੈਗਾ ਕਿ ਸਾਰਿਆਂ ਨੂੰ ਫਿਲਮ ਵਧੀਆ ਲੱਗੀ। ਲੇਕਿਨ ਆਈ ਥਿੰਕ ਜਿਵੇਂ ਦਾ ਟ੍ਰੇਲਰ ਜਾ ਰਿਹਾ, ਜਦੋਂ ਟ੍ਰੇਲਰ ਲਾਂਚ ਕੀਤਾ ਸੀ ਉਸ ਤੋਂ ਬਾਅਦ ਕਾਫੀ ਜ਼ਿਆਦਾ ਚਰਚਾ 'ਚ ਆ ਗਿਆ ਟ੍ਰੇਲਰ, ਕਾਫੀ ਲੋਕ ਆਈ ਥਿੰਕ ਹਰ ਕਿਸੇ ਨੇ ਪਸੰਦ ਕੀਤਾ, ਉਦੋਂ ਤੋਂ ਕੌਨਫੀਡੈਂਸ ਜਿਹੜਾ ਜ਼ਿਆਦਾ ਬੂਸਟ ਅਪ ਹੋ ਗਿਆ ਹੋਣਾ। ਜੀ 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 ਬਿਲਕੁਲ, ਕਿਉਂਕਿ ਫਿਲਮ ਦੀ ਜਦੋਂ ਤੁਸੀਂ ਲੁੱਕ ਦੇਖਦੇ ਹੋ ਨਾ ਜੀ, ਜਿਹੜਾ ਉਹਦਾ ਪੋਸਟਰ ਵੀ ਈਵਨ ਜਿਹੜਾ ਆਇਆ ਸੀਗਾ ਜਾਂ ਉਹਦਾ ਟ੍ਰੇਲਰ ਆ ਜਿਹੜਾ, ਕਿਉਂਕਿ ਸਾਰੇ ਫਰੈਸ਼ ਨੇ ਫੇਸਿਸ ਹਨਾ ਸਾਡੇ ਨਾਲ, ਰਬੀਨਾ ਦੀ ਪੇਅਰਿੰਗ ਦੋਨਾਂ ਨਾਲ ਪਹਿਲੀ ਵਾਰੀ ਮਤਲਬ ਉਹ ਡੈਬਿਊ ਕਰ ਰਹੀ ਤਾਂ ਓਬਵੀਅਸਲੀ ਪਹਿਲੀ ਵਾਰੀ ਹੋਈ ਆ, ਤਾਂ ਉਹ ਇੱਕ ਬੜੀ ਫਰੈਸ਼ ਜੀ ਤੇ ਇੰਟਰਟੇਨਿੰਗ ਜੀ ਵਾਈਬ ਆ ਰਹੀ ਹੈ ਫਿਲਮ ਦੇ ਵਿੱਚ ਹਨਾ, ਉਹਦੀ ਲੁੱਕ, ਉਹਦੀ ਪ੍ਰੋਡਕਸ਼ਨ ਵੈਲਿਊ ਹਨਾ, ਤੁਹਾਨੂੰ ਮਤਲਬ ਟ੍ਰੇਲਰ ਦੇਖ ਕੇ ਆਈਡੀਆ ਹੋ ਰਹੇ ਵੱਡੇ ਪੱਧਰ ਤੇ ਸ਼ੂਟ ਹੋਈ ਹੈ ਫਿਲਮ। ਤੇ ਬੱਬਲ ਭਾਜੀ ਮੂਵੀ ਦਾ ਮਿਊਜ਼ਿਕ ਵੀ ਕਾਫੀ ਹਿੱਟ ਜਾ ਰਿਹਾ, ਚਾਹੇ ਉਹ ਝੁਮਕੇ ਹੋਵੇ ਗਾਣਾ ਜਾਂ ਫਿਰ ਲੇਟੈਸਟ ਦਿਲ ਟੁੱਟਿਆ ਹੋਵੇ, ਤੇ ਤੁਹਾਡਾ ਫੇਵਰੇਟ ਗਾਣਾ ਕਿਹੜਾ ਹੈ ਫਿਲਮ ਚੋਂ? ਜੀ ਫਿਲਮ ਦੇ ਵਿੱਚ ਪਹਿਲਾਂ ਤਾਂ ਤੁਹਾਨੂੰ ਦੱਸ ਦਵਾਂ ਕਿ 4 ਗਾਣੇ ਨੇ, 4 ਜਾਂ 5 ਗਾਣੇ ਨੇ ਜਿਹੜੇ, ਇੱਦਾਂ ਨਹੀਂ ਹੈਗਾ ਕਿ ਇੱਕ ਹੁੰਦਾ ਨਾ ਕਿ ਵੀ ਆਪਾਂ ਯਾਰ ਫਿਲਮ ਲਈ ਇੱਕ ਮਿਊਜ਼ਿਕ ਐਲਬਮ ਬਣਾਉਣੀ ਆ, ਫਿਰ ਗਾਣੇ ਫਿੱਟ ਕਰ ਦਾਂਗੇ, ਉਹ ਉਦਾਂ ਨਹੀਂ ਬਣਾਏ ਹੋਏ ਹੈਗੇ। ਤਾਂ ਬਿਲਕੁਲ ਜਿਹੜਾ ਵੀ ਗਾਣਾ ਆਊਗਾ ਫਿਲਮ ਦੀ ਸਟੋਰੀ ਨੂੰ ਨਾਲ ਤੋਰਦਾ ਹੈ, ਉਹਨੂੰ ਦੱਸਦਾ ਹੈ ਹਨਾ, ਐਕਸਪਲੇਨ ਕਰਦਾ ਸਟੋਰੀ ਨੂੰ, ਉਹਦੇ ਜਿਹੜਾ ਸ਼ੂਟ ਇਸ ਹਿਸਾਬ ਨਾਲ ਕੀਤੇ ਹੋਏ ਨੇ। ਬਿਲਕੁਲ, ਤੇ ਫਿਲਮ ਦੇ ਵਿੱਚ ਜਿਹੜੇ ਇੱਕ ਤਾਂ ਗਾਣਾ ਬੀ ਪ੍ਰੈਕ ਨੇ ਤੇ ਜਾਨੀ ਨੇ ਤਿਆਰ ਕੀਤਾ ਸੀਗਾ ਜੀ, ਜੱਸੀ ਨੇ ਗਾਇਆ, ਅੱਜ ਫੇਰ ਉਹੀ ਹੋਇਆ ਹਨਾ, ਉਹ ਗਾਣਾ ਬਹੁਤ ਸੋਹਣਾ, ਝੁਮਕੇ ਵਾਲਾ ਗਾਣਾ ਮੇਰਾ ਫੇਵਰੇਟ, ਤੁਸੀਂ ਪੁੱਛਿਆ ਤਾਂ ਮੇਰਾ ਫੇਵਰੇਟ ਝੁਮਕੇ ਆ ਜਿਹੜਾ ਮੈਂ ਤੇ ਜੱਸੀ ਨੇ ਤੇ ਨਿੰਦਰ ਖਹਿਰਾ ਨੇ ਗਾਇਆ, ਕਿਉਂਕਿ ਉਹਦੇ ਵਿੱਚ ਬੜੀ ਐਨਰਜੀ ਹੈ ਗਾਣੇ ਦੇ ਵਿੱਚ, ਜਦੋਂ ਤੁਸੀਂ ਉਹਨੂੰ ਆਡੀਓ ਵੀ ਸੁਣਦੇ ਹੋ ਕਾਰਕੂਰ ਚਲਾ ਕੇ ਤਾਂ ਬੜਾ ਵਧੀਆ। ਇੱਕ ਮੇਰਾ ਸੋਲੋ ਗਾਣਾ ਉਹ ਹਜੇ ਆਉਣਾ ਹੈ ਜੀ, ਉਹ ਵੀ ਜੱਸੀ ਕਟਿਆਲ ਜੀ ਨੇ ਕੀਤਾ ਮਿਊਜ਼ਿਕ, ਉਹਦਾ ਗੱਭਰੂ ਵਰਸਿਸ ਗੱਡੀਆਂ, ਉਹ ਕੈਮ ਦਾ ਕਰੈਕਟਰ ਦੱਸਦਾ ਜੀ ਹਨਾ, ਇੱਥੇ ਜਿੱਦਾਂ ਦਾ ਕੈਮ ਆ ਉਦਾਂ ਦਾ ਗਾਣਾ ਹੈ। ਹਾਂਜੀ ਹਾਂਜੀ, ਸਾਰੇ ਗਾਣੇ ਜ਼ਿਆਦਾ ਅਭੀਤ ਬਲਜੀਤ ਦੇ ਲਿਖੇ ਹੋਏ ਵੀਰੇ ਦੇ, ਤੁਹਾਨੂੰ ਪਤਾ ਕਿ ਬਹੁਤ ਵਧੀਆ ਲਿਰਿਸਿਸਟ ਆ ਹਨਾ, ਤੇ ਜੱਸੀ ਕਟਿਆਲ ਜੀ ਨੇ ਮਿਊਜ਼ਿਕ ਕੀਤਾ ਸਾਰੇ ਗਾਣਿਆਂ ਦਾ, ਸਿਰਫ ਇੱਕ ਗਾਣਾ ਸੀਗਾ ਜਿਹੜਾ ਫੇਰ ਉਹੀ ਹੋਇਆ, ਉਹ ਜਾਨੀ ਨੇ ਤੇ ਬੀ ਪ੍ਰੈਕ ਨੇ ਬਣਾਇਆ। ਬੀ ਪ੍ਰੈਕ ਨੇ ਕੀਤਾ, ਮੇਰਾ ਇਹੀ ਸਵਾਲ ਸੀ ਕਿ ਇੱਕ ਗਾਣਾ ਥੋੜਾ ਡਿਫਰੈਂਟ ਕਿਉਂ ਮਿਊਜ਼ਿਕ, ਕਿਉਂਕਿ ਮੋਸਟ ਆਫ ਦਾ ਹਰ ਮੂਵੀ 'ਚ ਇਹੀ ਹੁੰਦਾ ਕਿ ਸਿਰਫ ਇੱਕ ਲਿਰਿਸਿਸਟ ਤੇ ਮਿਊਜ਼ਿਕ ਪ੍ਰੋਡਿਊਸਰ, ਸਿਰਫ ਇੱਕ ਮਿਊਜ਼ਿਕ ਹਰੇਕ ਫਿਲਮ ਦੇ ਗਾਣੇ ਦਾ ਉਹਨੇ ਕਰਨਾ, ਲੇਕਿਨ ਇਸ ਫਿਲਮ 'ਚ ਥੋੜਾ ਡਿਫਰੈਂਟ ਕੀਤਾ ਤੁਸੀਂ, ਉਹ ਇੱਦਾਂ ਕਿਉਂ ਕੀਤਾ ਗਿਆ? ਹਾਂਜੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਆਪਾਂ ਇਹ ਨਹੀਂ ਏਦਾਂ ਨਹੀਂ ਕੋਈ ਵੀ ਗਾਣਾ ਪਾਇਆ ਹੈ ਕਿ ਯਾਰ ਗਾਣਾ ਬਣਿਆ ਪਿਆ ਤੇ ਉਹਨੂੰ ਚਲੋ ਇਹਨੂੰ ਫਿਲਮ 'ਚ ਪਾ ਦਿੰਦੇ ਹਾਂ, ਏਦਾਂ ਸਿਚੁਏਸ਼ਨ ਕ੍ਰੀਏਟ ਕਰ ਲੈਂਦੇ ਹਾਂ ਨਾ, ਤਾਂ ਅਸੀਂ ਸਿਚੁਏਸ਼ਨ ਦੇ ਹਿਸਾਬ ਨਾਲ ਜਿਹੜੇ ਗਾਣੇ ਆ ਉਹ ਲਏ ਆ ਹਨਾ, ਤਾਂ ਉਹ ਸਿਚੁਏਸ਼ਨ ਦੇ ਹਿਸਾਬ ਨਾਲ ਬਹੁਤ ਵਧੀਆ ਜਾਂਦਾ ਸੀ। ਜਦੋਂ ਜਾਨੀ ਨੂੰ ਸਿਚੁਏਸ਼ਨ ਦੱਸੀ ਕਿ ਯਾਰ ਸਾਨੂੰ ਏਦਾਂ ਏਦਾਂ ਦਾ ਗਾਣਾ ਚਾਹੀਦਾ ਹੈ, ਤਾਂ ਫਿਰ ਉਹਨੇ ਉਹ ਗਾਣਾ ਲਿਖਿਆ, ਫਿਰ ਉਹਨਾਂ ਨੇ
ਇਹਦੇ ਬਾਰੇ ਤਾਂ ਮੈਂ ਆਲਵੇਜ਼ ਮਤਲਬ ਇਹ ਸਾਡੇ ਲਈ ਬਹੁਤ ਕਾਮਨ ਕੁਐਸਚਨ ਆ ਜਦੋਂ ਲਾਸਟ ਟਾਈਮ ਮੈਂ ਰਣਜੋਤ ਵੀ ਨਾਲ ਇੰਟਰਵਿਊ ਕੀਤੀ ਸੀ ਉਦੋਂ ਵੀ ਲੰਬੀ ਚੌੜੀ ਗੱਲ ਇਸ ਬਾਰੇ ਹੋਈ ਸੀ ਹਾਂਜੀ ਤਾਂ ਦੇਖੋ ਯਾਰ ਆਪਾਂ ਨੂੰ ਲਾਈਫ ਦੇ ਵਿੱਚ ਬੜੇ ਲੋਕ ਮਿਲਦੇ ਹਨ ਬਿਲਕੁਲ ਪਰ ਆਪਣੇ ਹਰ ਇੱਕ ਬੰਦੇ ਦੇ ਬੈਸਟ ਫਰੈਂਡ ਹੁੰਦੇ ਆ ਨਾ ਹਾਂਜੀ ਤੁਹਾਡਾ ਵੀ ਕੋਈ ਨਾ ਕੋਈ ਹੋਊਗਾ ਹਨਾ ਜਿਹਦੇ ਨਾਲ ਆਪਣੀ ਟਿਊਨਿੰਗ ਬਹੁਤ ਵਧੀਆ ਹੁੰਦੀ ਹੈ ਜਿਹਦੇ ਨਾਲ ਆਪਣਾ ਸੁਭਾਅ ਰਲਦਾ ਹੁੰਦਾ ਆਪਣੀ ਸੋਚ ਰਲਦੀ ਹੈ ਜਿਹਦੇ ਨਾਲ ਆਪਾਂ ਨੂੰ ਕੰਪਨੀ ਵਧੀਆ ਲੱਗਦੀ ਇੱਕ ਦੂਜੇ ਦੀ ਹਨਾ ਸੋ ਉੱਦਾਂ ਮੈਂ ਤੇ ਜੱਸੀ ਜਦੋਂ ਅਸੀਂ ਮਿਲੇ ਸੀਗੇ ਅੱਜ ਤੋਂ 4 ਸਾਲ ਪਹਿਲਾਂ ਤਾਂ ਸਾਡਾ ਵਧੀਆ ਇੱਕ ਦੂਜੇ ਨਾਲ ਜਿਵੇਂ ਹਨਾ ਸੁਭਾਅ ਰਲ ਗਏ ਅਸੀਂ ਸੇਮ ਏਰੀਏ ਤੋਂ ਹਾਂ ਤੇ ਫਿਰ ਅਸੀਂ ਜਦੋਂ ਲਾਈਕ ਲਾਈਵ ਸ਼ੋਅ ਕਰਨੇ ਸ਼ੁਰੂ ਕੀਤੇ ਸੀ ਤਾਂ ਉਦੋਂ ਸਾਡੇ ਦੋਨਾਂ ਕੋਲ ਇੰਨੇ ਗਾਣੇ ਨਹੀਂ ਸੀ ਹੁੰਦੇ ਹਨਾ ਅਸੀਂ ਸੋਚਿਆ ਕਿ ਯਾਰ ਐਜ਼ ਅ ਟੀਮ ਸ਼ੁਰੂ ਕਰਦੇ ਹਾਂ ਹਨਾ ਤਾਂ ਉਹ ਟੀਮ ਆ ਜਿਹੜੀ ਅੱਗੇ ਜਾ ਕੇ ਲੋਕਾਂ ਨੂੰ ਟਿਊਨਿੰਗ ਬਹੁਤ ਪਸੰਦ ਆਈ ਸਾਡੀ ਕਮਿਸਟਰੀ ਸਟੇਜ ਦੇ ਉੱਤੇ ਬਹੁਤ ਪਸੰਦ ਕਰਦੇ ਲੋਕੀ ਹਨਾ ਤੇ ਹੁਣ ਤਾਂ ਬਹੁਤ ਖੁਸ਼ੀ ਹੁੰਦੀ ਜਦੋਂ ਕੋਈ ਕਹਿੰਦਾ ਕਿ ਯਾਰ ਅਸੀਂ ਮਿਸਾਲ ਦਿੰਦੇ ਹਾਂ ਤੁਹਾਡੀ ਦੋਸਤੀ ਦੀ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਹਨਾ ਹਾਂ ਤੇ ਏਦਾਂ ਨੀ ਹੈਗਾ ਕਿ ਸਾਡੀ ਲੜਾਈ ਨੀ ਹੁੰਦੀ ਕਦੇ ਬਹੁਤ ਵਾਰੀ ਮਤਲਬ ਕਿਸੇ ਗੱਲ ਨੂੰ ਲੈ ਕੇ ਜਦੋਂ ਵਿਚਾਰ ਨਹੀਂ ਰਲਦੇ ਤਾਂ ਉਹਦੇ ਬਾਰੇ ਹੋ ਜਾਂਦਾ ਆਰਗੂਮੈਂਟ ਪਰ ਏਦਾਂ ਨੀ ਹੈਗਾ ਵੀ ਅਸੀਂ ਇੱਕ ਦੂਜੇ ਤੋਂ ਜੈਲਸ ਕਰਦੇ ਹਾਂ ਜਾਂ ਇੱਕ ਦੂਜੇ ਦੀ ਤਰੱਕੀ ਨੂੰ ਦੇਖ ਕੇ ਕਦੇ ਚੜਾਂਗੇ ਏਦਾਂ ਦੀ ਕੋਈ ਗੱਲ ਨੀ ਸੋ ਆਈ ਥਿੰਕ ਜਿਹੜੀ ਉਹ ਵੀ ਸਿਆਣਾ ਮੈਨੂੰ ਸਾਡਾ ਜੀ ਮੈਂ ਵੀ ਸਿਆਣਾ ਜਿਹੜੀ ਅੰਡਰਸਟੈਂਡਿੰਗ ਹੈ ਜਿਹੜੀ ਹਾਂ ਕਿਉਂਕਿ ਹੁਣ ਲਾਈਫ ਦੇ ਵਿੱਚ ਬਹੁਤ ਧੱਕੇ ਖਾਧੇ ਲਾਈਫ ਦੇ ਵਿੱਚ ਤਾਂ ਕਾਫੀ ਕੁਛ ਬੰਦਾ ਸਿੱਖ ਜਾਂਦਾ ਹੈ ਮੈਨੂੰ ਲੱਗਦਾ ਕਿ ਜਿਹੜੀ ਅੰਡਰਸਟੈਂਡਿੰਗ ਹੈ ਉਹੀ ਹੈ ਜਿਹੜੀ ਸਾਡੀ ਦੋਸਤੀ ਨੂੰ ਬਣਾਇਆ ਹੋਇਆ ਆਈ ਥਿੰਕ ਹਰ ਰਿਸ਼ਤੇ ਵਿੱਚ ਜਿਹੜੀ ਅੰਡਰਸਟੈਂਡਿੰਗ ਜਾਂ ਫਿਰ ਇੱਕ ਟਰੱਸਟ ਆ ਚਾਹੇ ਉਹ ਦੋਸਤੀ ਦਾ ਰਿਸ਼ਤਾ ਹੋਵੇ ਜਾਂ ਫਿਰ ਭੈਣ ਭਰਾ ਦਾ ਰਿਸ਼ਤਾ ਹੋਵੇ ਆਈ ਥਿੰਕ ਉਹ ਬਹੁਤ ਜ਼ਰੂਰੀ ਹੁੰਦਾ ਤੇ ਉਹ ਤੁਹਾਡੇ 'ਚ ਹੈਗਾ ਆ ਜੀ 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 ਬਿਲਕੁਲ ਤੇ ਅਗਲਾ ਸਵਾਲ ਇਹ ਕਿ ਮੂਵੀ ਵਿੱਚ ਤੁਹਾਨੂੰ ਦੋਨਾਂ ਨੂੰ ਸਿਰਫ ਇੱਕ ਕੁੜੀ ਪਸੰਦ ਆਉਂਦੀ ਹੈ ਨਾ ਅਗਰ ਅਸਲ ਜ਼ਿੰਦਗੀ 'ਚ ਕਦੀ ਇਦਾਂ ਹੋਵੇ ਤਾਂ ਉਹਦਾ ਸੋਲੂਸ਼ਨ ਕੀ ਕਰੋਗੇ ਟੌਸ ਕਰ ਲਾਂਗੇ ਹਾਂਜੀ ਅੱਛਾ ਇਹ ਮੂਵੀ ਦਾ ਕਲਾਈਮੈਕਸ ਕਿਤੇ ਦੱਸ ਤਾਂ ਦਿੱਤਾ ਕਿ ਉਹਦੇ ਵਿੱਚ ਟੌਸ ਤਾਂ ਨਹੀਂ ਕਰਦੇ ਕਰਨੀ ਪੈਂਦੀ ਆ ਤੇ ਉਸ ਪੀਰੀਅਡ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਕਿਵੇਂ ਰੱਖਦੇ ਸੀ ਕਿਉਂਕਿ ਆਈ ਨੋ ਕਿ ਬਹੁਤ ਜ਼ਿਆਦਾ ਸਟਰਗਲ ਬਹੁਤ ਵਾਰ ਪੈਸੇ ਦੀ ਲੋੜ ਪੈ ਜਾਂਦੀ ਜਾਂ ਫਿਰ ਬਾਹਰਲੀ ਕੰਟਰੀ ਆ ਕਿਸੇ ਦਾ ਸਾਥ ਨਹੀਂ ਹੁੰਦਾ ਕਿਸੇ ਨੂੰ ਬੰਦਾ ਆਪਣੀਆਂ ਫੀਲਿੰਗਸ ਸ਼ੇਅਰ ਨਹੀਂ ਕਰ ਸਕਦਾ ਤੇ ਉਸ ਔਖੇ ਟਾਈਮ ਦੇ ਵਿੱਚ ਤੇ ਕਿਵੇਂ ਆਪਣੇ ਆਪ ਨੂੰ ਪੋਜ਼ਿਟਿਵ ਕਿਵੇਂ ਰੱਖਿਆ ਤੁਸੀਂ ਜੀ ਬਿਲਕੁਲ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਸੀਗਾ ਕਿ ਮੈਂ ਤਾਂ ਆਇਆ ਇਸ ਸੋਚ ਨਾਲ ਸੀਗਾ ਕਿ ਯਾਰ ਬਾਹਰ ਜਾ ਕੇ ਬਸ ਕੰਮ ਕਰਨਾ ਔਖੇ ਸੌਖੇ ਕਿਸੇ ਸਾਹਿਬ ਪੱਕੇ ਹੋ ਜਾਈਏ ਹਨਾ ਤਾਂ ਜਿਹੜੀ ਪਿੱਛੇ ਇੰਡੀਆ ਘਰ ਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਨੂੰ ਸੁਧਾਰ ਸਕੀ ਹਨਾ ਤੇ ਇਹੀ ਸੋਚ ਲੈ ਕੇ ਮੈਂ ਵੀ ਆਇਆ ਸੀਗਾ ਜੀ ਮੈਨੂੰ ਪਤਾ ਨਹੀਂ ਸੀਗਾ ਕਿ ਮੇਰੀ ਡੈਸਟੀਨੀ ਨੇ ਇਸ ਪਾਸੇ ਨੂੰ ਤੋਰ ਦੇਣਾ ਹਨਾ ਜਿਹੜਾ ਕਿਉਂਕਿ ਆਸਟ੍ਰੇਲੀਅਨ ਚਿੱਲੇ ਵਾਲਾ ਵੀਡੀਓ ਅਸੀਂ ਪਾਇਆ ਸੀਗਾ ਯੂਟਿਊਬ ਦੇ ਉੱਤੇ ਬਿਲਕੁਲ ਉਹ ਵੀ ਕੋਈ ਪ੍ਰੀ ਪਲੈਨਡ ਨਹੀਂ ਸੀਗਾ ਹਨਾ ਤੇ ਪਰ ਹਾਂਜੀ ਬਹੁਤ ਮਤਲਬ ਤੰਗੀ ਪੈਸੇ ਦੀ ਤੰਗੀ ਆਲਵੇਜ਼ ਰਹੀ ਮੈਨੂੰ ਲੱਗਦਾ ਪਿਛਲੇ 3 ਸਾਲਾਂ ਤੋਂ ਠੀਕ ਹੋਇਆ ਸਿਸਟਮ ਫਾਈਨੈਂਸ਼ਲੀ ਜਿਹੜਾ ਤਾਂ ਉਸ ਤੋਂ ਪਹਿਲਾਂ ਈਵਨ ਜਦੋਂ ਮੇਰਾ ਸੋਨੀ ਵਾਲਾ ਗਾਣਾ ਹਿੱਟ ਹੋ ਗਿਆ ਸੀਗਾ ਉਸ ਤੋਂ ਬਾਅਦ ਵਾਲੇ ਵੀ ਹਿੱਟ ਹੋ ਗਏ ਸੀ ਉਸ ਤੋਂ ਬਾਅਦ ਵੀ ਮੈਂ 1-2 ਵਾਰੀ ਜਦੋਂ ਮੈਲਬਨ ਆ ਕੇ ਰਿਹਾ ਤਾਂ ਆਲਵੇਜ਼ ਐਂ ਹੁੰਦਾ ਸੀ ਯਾਰ ਸੋਚ ਕੇ ਪੈਸੇ ਖਰਚਣੇ ਪੈਂਦੇ ਸੀਗੇ ਹਨਾ ਵੀ ਨਹੀਂ ਭਰਾ ਹਨਾ ਦੇ $10 ਬਚਦੇ ਕਿਤੋਂ ਤਾਂ ਬਚਾ ਲਈਏ ਤਾਂ ਬਸ ਇਹੀ ਪੋਜ਼ਿਟਿਵ ਐਟੀਟਿਊਡ ਰੱਖਿਆ ਕਿ ਨਹੀਂ ਯਾਰ ਕਰਨਾ ਕੁਛ ਆਪਣੇ ਆਪ ਨੂੰ ਪ੍ਰੂਵ ਕਰਨਾ ਹਨਾ ਕਿ ਲੋਕਾਂ ਨੂੰ ਵਿੱਚ ਲੱਗਣ ਲੱਗ ਗਿਆ ਸੀਗਾ ਕਿ ਯਾਰ ਇਹਦੇ ਪੈਰ ਹਿੱਟ ਵਟੇਰਾ ਆ ਗਿਆ ਘਰੇ ਬੈਠੇ ਵੀ ਯੂਟਿਊਬ ਤੇ ਹਿੱਟ ਹੋ ਗਿਆ ਹਨਾ ਵੀ ਟੈਲੈਂਟ ਨਹੀਂ ਹੈਗਾ ਤਾਂ ਉਹ ਸੀਗਾ ਕਿਤੇ ਨਾ ਕਿਤੇ ਦਿਲ ਦੇ ਵਿੱਚ ਕਿ ਯਾਰ ਵੀ ਨਹੀਂ ਪ੍ਰੂਵ ਕਰਨਾ ਆਪਣੇ ਆਪ ਨੂੰ ਤੇ ਉਹਦੇ ਵਿੱਚ ਮੇਰੇ ਦੋਸਤਾਂ ਨੇ ਮੇਰੀ ਫੈਮਿਲੀ ਨੇ ਐਸੇ ਸੱਤੀ ਗਰੇਵਾਲ ਵੀਰੇ ਉਹਨਾਂ ਨੇ ਮੇਰਾ ਬਹੁਤ ਸਪੋਰਟ ਕੀਤੀ ਆਲਵੇਜ਼ ਰਣਜੋਤ ਬਾਈ ਉਹਨਾਂ ਨੇ ਵੀ ਈਵਨ ਕਿਉਂਕਿ ਜਦੋਂ ਵੀ ਤੁਹਾਨੂੰ ਮੈਨੂੰ ਮਿਲਦੇ ਸੀ ਤਾਂ ਆਲਵੇਜ਼ ਬੂਸਟ ਅਪ ਹੀ ਕਰਦੇ ਸੀਗੇ ਤਾਂ ਉਹੀ ਹੁੰਦਾ ਕਿ ਹੱਲਾਸ਼ੇਰੀ ਚਾਹੀਦੀ ਹੁੰਦੀ ਜੀ ਬੰਦੇ ਨੂੰ ਲਾਈਫ ਉਹ ਮਿਲਦੀ ਰਹੀ ਆਲਵੇਜ਼ ਦੋਸਤਾਂ ਵੱਲੋਂ ਵੀ ਫਾਈਨੈਂਸ਼ੀਅਲੀ ਵੀ ਬਹੁਤ ਸਪੋਰਟ ਕੀਤਾ ਸਾਰਿਆਂ ਨੇ ਤੇ ਬੱਬਲ ਜੀ ਮੈਂ ਉਸੇ ਸਮੇਂ ਦੀ ਗੱਲ ਕਰੂੰਗਾ ਕਿਉਂਕਿ ਉਸ ਟਾਈਮ ਦੇ ਉੱਤੇ ਔਰਕੁਟ ਹੁੰਦੀ ਸੀ ਨਾ ਤੁਸੀਂ ਔਰਕੁਟ ਤੇ ਵੀਡੀਓਜ਼ ਵੀ ਪਾਈਆਂ ਸ਼ੁਰੂ ਕੀਤੀਆਂ ਪਾਉਣੀਆਂ ਤੇ ਕਿਉਂਕਿ ਅੱਜ ਕੱਲ੍ਹ ਹਰ ਕੋਈ ਵੀਡੀਓ ਪਾ ਦਿੰਦਾ ਯੂਟਿਊਬ ਤੇ ਫੇਸਬੁੱਕ ਤੇ ਲੇਕਿਨ ਉਸ ਟਾਈਮ ਤੇ ਉਹ ਆਈਡੀਆ ਕਿਵੇਂ ਆਇਆ ਸੀ ਕਿ ਅਸੀਂ ਵੀ ਯੂਟਿਊਬ ਤੇ ਜਾਂ ਔਰਕੁਟ ਤੇ ਵੀਡੀਓ ਬਣਾ ਕੇ ਪਾਈਏ ਨਹੀਂ ਸਹੀ ਦੱਸਾਂ ਤਾਂ ਜੀ ਮੈਂ ਤੁਹਾਨੂੰ ਦੱਸਿਆ ਕਿ ਉਹ ਪ੍ਰੀ ਪਲੈਨਡ ਨਹੀਂ ਸੀਗਾ ਉਦੋਂ ਜਦੋਂ ਔਰਕੁਟ ਤੇ ਆਪਾਂ ਕੁਝ ਸ਼ੇਅਰ ਕਰਨਾ ਹੁੰਦਾ ਸੀਗਾ ਤਾਂ ਉਹ ਯੂਟਿਊਬ ਦਾ ਲਿੰਕ ਹੀ ਪਾਉਣਾ ਪੈਂਦਾ ਯੂਟਿਊਬ ਦਾ ਲਿੰਕ ਹੀ ਪਾਉਣਾ ਪੈਂਦਾ ਆਪਣੀ ਵਾਲ ਦੇ ਉੱਤੇ ਹਾਂਜੀ ਹਾਂਜੀ ਤਾਂ ਜਿਹੜਾ ਉਹ ਅਸੀਂ ਫਨ ਕਰਦੇ ਨੇ ਵੀਡੀਓ ਬਣਾਇਆ ਸੀਗਾ ਆਸਟ੍ਰੇਲੀਅਨ ਥੱਲੇ ਦਾ ਤਾਂ ਮੇਰਾ ਸਿਰਫ ਉਹਦਾ ਸ਼ੇਅਰ ਕਰਨ ਦਾ ਪਰਪਸ ਇੰਨਾ ਹੀ ਸੀਗਾ ਕਿ ਯਾਰ ਇੰਡੀਆ ਜਿੰਨੇ ਸਾਡੇ ਫਰੈਂਡ ਹੈਗੇ ਆ ਫਰੈਂਡ ਸਰਕਲ ਆ ਜਿਹੜੇ ਮੇਰੇ ਨਾਲ ਔਰਕੁਟ ਤੇ ਐਡ ਮੇਰੇ ਫਰੈਂਡਸ ਹੈਗੇ ਉਹ ਦੇਖਣ ਵੀ ਇਹ ਉੱਥੇ ਕੱਲਾ ਧੱਕੇ ਨਹੀਂ ਖਾਂਦੇ ਹੈਗੇ ਵੀ ਇਹ ਮਸਤੀ ਵੀ ਕਰਦੇ ਹਨਾ ਹਾਂਜੀ ਹਾਂਜੀ ਤਾਂ ਉਹ ਮਤਲਬ ਹਾਂ ਉਹਨਾਂ ਲਈ ਅਪਲੋਡ ਕਰਨ ਲਈ ਵੀਡੀਓ ਮੈਨੂੰ ਯੂਟਿਊਬ ਤੇ ਅਪਲੋਡ ਕਰਨਾ ਪਿਆ ਪਹਿਲਾਂ ਜਦੋਂ ਯੂਟਿਊਬ ਦੇ ਉੱਤੇ ਅਪਲੋਡ ਕੀਤਾ ਤਾਂ ਮੈਨੂੰ ਨੀ ਪਤਾ ਹੈ ਕਿੰਨੂੰ ਤੋਂ ਰਾਤ ਵਾਇਰਲ ਹੋ ਗਿਆ ਮਤਲਬ ਵਾਇਰਲ ਹੋ ਗਿਆ ਦੇਖਿਆ ਹੋਣਾ ਵਧੀਆ ਲੱਗਿਆ ਸਾਰਿਆਂ ਨੂੰ ਸ਼ੇਅਰ ਕਰਨਾ ਸ਼ੁਰੂ ਕਰਤਾ ਹਨਾ ਫੇਸਬੁੱਕ ਤਾਂ ਉਹ ਇੰਨੀ ਮਤਲਬ ਹੈ ਹੀ ਨਹੀਂ ਸੀਗੀ ਆਈ ਥਿੰਕ ਤੇ ਉਹ
ਫਿਰ ਸਾਨੂੰ ਮਤਲਬ ਮੈਨੂੰ ਉਹਦੇ ਉੱਤੇ ਸਕ੍ਰੈਪ ਆਉਂਦੇ ਹੁੰਦੇ ਸੀਗੇ ਆਉਣ ਲੱਗ ਗਏ ਹਨਾ, ਫਿਰ ਜਦੋਂ ਮੈਨੂੰ ਲੱਗਿਆ ਫਿਰ ਮੈਂ ਉੱਥੇ ਨੰਬਰ ਪਾਤਾ ਆਪਣਾ ਹਨਾ, ਫਿਰ ਮੈਨੂੰ ਕਾਲ, ਮੈਨੂੰ ਅੱਜ ਵੀ ਯਾਦ ਆ, ਮੈਨੂੰ ਉਦੋਂ ਮੈਂ ਐਡੀਲੇਟ ਰਹਿੰਦਾ ਸੀਗਾ, ਕਸੀਨੋ ਦੇ ਟੈਕਸੀ ਰੈਂਕ 'ਚ ਖੜਾ ਸੀ, ਮੈਨੂੰ ਪਹਿਲਾ ਫੋਨ ਗੋਲਡ ਕੋਸਟ ਤੋਂ ਆਇਆ ਸੀ ਨਰਿੰਦਰ ਸਿੰਘ ਕਰਕੇ ਬਾਈ ਸੀਗੇ, ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਛੋਟੇ ਵੀਰ ਤੁਹਾਡਾ ਗਾਣਾ ਸਾਨੂੰ ਬਹੁਤ ਵਧੀਆ ਲੱਗਿਆ ਇੱਦਾਂ ਉੱਦਾਂ ਹਨਾ, ਤਾਂ ਪਹਿਲਾਂ ਮੈਨੂੰ ਲੱਗਿਆ ਮੈਂ ਕਿਹਾ ਬਾਈ ਕਿਤੇ ਮਜ਼ਾਕ ਹੀ ਨਾ ਕਰਦਾ ਹੋਵੇ, ਕਿਤੇ ਹੁਣ ਗਾਲੀ ਨਾ ਡੇ ਪਏ ਹਨਾ, ਮਜ਼ਾਕ ਹੀ ਗੰਦ ਪਾਇਆ ਤੁਸੀਂ ਹਨਾ, ਜਦੋਂ ਬਾਈ ਨੇ ਫੋਨ ਕੀਤਾ ਮਤਲਬ ਕੱਟਿਆ ਤਾਂ ਮੈਂ ਪਹਿਲਾ ਫੋਨ ਜਿਹੜੀ ਗਰੇ ਵਾਲ ਨੂੰ ਲਾਇਆ ਜਿਹੜਾ ਮੇਰੇ ਨਾਲ ਹਨਾ ਵੀਡੀਓ ਦੇ ਵਿੱਚ ਹੁੰਦਾ ਸੀ, ਤੈਨੂੰ ਪਤਾ ਮੈਂ ਕਿਹਾ ਆਪਣਾ ਗਾਣਾ ਵਧੀਆ ਲੱਗ ਰਿਹਾ ਲੋਕਾਂ ਨੂੰ, ਮੈਂ ਕਿਹਾ ਮੈਨੂੰ ਫੋਨ ਆਇਆ ਸੀਗਾ ਹਨਾ, ਬਸ ਉਸ ਤੋਂ ਬਾਅਦ ਤਾਂ ਫਿਰ ਤੁਸੀਂ ਇਹ ਕਹਿ ਲਓ ਵੀ ਮਤਲਬ ਮੇਰੇ ਟੈਕਸੀ ਦੇ ਮੇਰੇ ਹੈਡਫੋਨ ਲੱਗੇ ਹੀ ਹੁੰਦੇ ਸੀਗੇ, ਬਲੂਟੁੱਥ ਜੋਗੇ ਪੈਸੇ ਹੈ ਨੀ ਸੀ, ਹੈਡਫੋਨ ਲਾ ਕੇ ਫੋਨ ਰੱਖੀ ਸੀ, ਤੇ ਮਤਲਬ ਮੈਨੂੰ ਫੋਨ ਆਉਂਦੇ ਹੀ ਰਹਿੰਦੇ ਸੀਗੇ ਹਨਾ, ਤੇ ਕਿਹੜੀ ਕੰਟਰੀ ਆ ਜਿੱਥੇ ਪੰਜਾਬੀ ਰਹਿੰਦੇ ਸੀ ਤੇ ਮੈਨੂੰ ਫੋਨ ਨਾ ਆਇਆ ਹੋਵੇ, ਤੇ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨੂੰ ਮੈਨੂੰ ਫੋਨ ਆਏ ਹਨਾ, ਜਿਹਨਾਂ ਨੇ ਲਸ਼ਕਰੀ ਵੀ ਦਿੱਤੀ, ਤੇ ਕਈਆਂ ਨੂੰ ਲੱਗਦਾ ਸੀ ਕਿ ਗਾਣੇ ਲਿਖਦਾ ਚੱਲ ਇਹ ਤੋਂ ਗਾਣੇ ਲੈ ਲਾਂਗੇ, ਤੇ ਪਰ ਫਿਰ ਮੈਂ ਉਹਨਾਂ ਨੂੰ ਮਨਾ ਕੀਤਾ, ਮੈਂ ਨਹੀਂ ਜੀ ਜੇ ਮੈਂ ਲਿਖੂੰਗਾ ਤਾਂ ਆਪ ਹੀ ਗਾਊਂਗਾ, ਆਪ ਹੀ ਗਾਊਂਗਾ ਬਿਲਕੁਲ। ਤੇ ਬਬਲ ਜੀ ਥੋੜੇ ਜਿਹੜੇ ਉਦੋਂ ਜਿਹੜੇ ਗਾਣੇ ਵੀਡੀਓਜ਼ ਵਾਇਰਲ ਹੋਈਆਂ, ਮੇਰਾ ਫੇਵਰੇਟ ਹੈਗਾ ਸੀ ਉਹ ਚੋਂ ਨਿੱਕੀ ਜਿਹੀ ਜਿੰਦ, ਉਹ ਪਤਾ ਕਿਉਂ, ਕਿਉਂਕਿ ਮੈਂ ਵੀ ਔਰਕੁਟ ਤੇ ਉਹਦੀ ਯੂਟਿਊਬ ਤੇ ਵੀਡੀਓ ਪਾਈ ਸੀ, ਲੇਕਿਨ ਔਰਕੁਟ ਤੇ ਮੈਂ ਵੀਡੀਓ ਦੇਖੀ ਸੀ, ਤੇ ਉਸ ਤੋਂ ਬਾਅਦ ਨਾ ਮੇਰੇ ਤਾਈ ਜੀ ਹੈਗੇ ਉਹਨਾਂ ਨੂੰ ਮੈਂ ਦਿਖਾਈ, ਤਾਂ ਮੇਰੀ ਕਜ਼ਨ ਉਹ ਇੱਥੇ ਸਿਡਨੀ ਆਏ ਹੋਏ ਸੀ, ਮੇਰੀ ਕਜ਼ਨ ਇੱਥੇ ਸਿਡਨੀ ਰਹਿੰਦੀ ਸੀ ਉਸ ਟਾਈਮ ਦੇ ਉੱਤੇ, ਜਦੋਂ ਉਹਨਾਂ ਨੇ ਉਹ ਨਿੱਕੀ ਜਿਹੀ ਜਿੰਦ ਥੋੜੀ ਵਾਲੀ ਵੀਡੀਓ ਦੇਖੀ, ਉਹਨਾਂ ਦੀਆਂ ਅੱਖਾਂ 'ਚ ਅੱਥਰੂ ਆ ਗਏ, ਉਹਨਾਂ ਨੂੰ ਪਤਾ ਲੱਗਾ ਕਿ ਹਾਂ ਯਾਰ ਸਾਡੀ ਕੁੜੀ ਵੀ ਉੱਥੇ ਜਾ ਕੇ ਕੰਮ ਕਰਦੀ ਆ, ਕਿੰਨੀ ਮਿਹਨਤ ਕਰਦੀ ਆ, ਉਹ ਬਹੁਤ ਰੋਏ ਉਹ ਵੀਡੀਓ ਦੇਖ ਕੇ, ਮਤਲਬ ਇੰਨਾ ਇਮੋਸ਼ਨਲ ਕਰ ਦਿੱਤਾ ਤੁਹਾਡੇ ਉਸ ਲਿਰਿਕਸ ਨੇ, ਤੇ ਮੇਰਾ ਫੇਵਰਟ ਤਾਂ ਉਹ ਨਿੱਕੀ ਜਿਹੀ ਜਿੰਦ ਆ ਉਦੋਂ ਦਾ, ਤੇ ਤੁਹਾਡਾ ਕੀ ਖਿਆਲ ਨਿੱਕੀ ਜਿਹੀ ਜਿੰਦ ਬਾਰੇ? ਮੈਂ ਤੁਹਾਨੂੰ ਦੱਸਦਾ ਦੇ ਪਿੱਛੇ ਬੜੀ ਇੰਟਰਸਟਿੰਗ ਸਟੋਰੀ ਆ, ਕਿ ਜਦੋਂ ਮੈਂ ਆਸਟ੍ਰੇਲੀਆ ਦੇ ਵਿੱਚ ਗਿਆ ਹਨਾ ਜੀ, ਮੈਂ ਉਦੋਂ ਪਹਿਲਾਂ ਮੈਲਬਨ ਰਿਹਾ 6 ਮਹੀਨੇ, ਉੱਥੇ ਮੈਨੂੰ ਮਤਲਬ ਬਹੁਤ ਵਧੀਆ ਕੋਈ ਜੋਬ ਨਹੀਂ ਮਿਲੀ ਹੈਗੀ, ਤੇ ਥੋੜਾ ਫੀਸ ਭਰਨ ਦੀ ਪ੍ਰੋਬਲਮ ਸੀਗੀ ਕਰਕੇ, ਫਿਰ ਮੈਂ ਇੱਕ ਸਮੈਸਟਰ ਐਡੀਲੇਟ ਪੜਿਆ, ਮਤਲਬ 6 ਮਹੀਨੇ ਫਿਰ ਐਡੀਲੇਟ ਚਲਾ ਗਿਆ ਸੀ ਹਨਾ, ਤਾਂ ਜਿਹੜੀ ਯੂਟਿਊਬ ਵੀਡੀਓ ਸ਼ੁਰੂ ਹੋਈਆਂ ਆਸਟ੍ਰੇਲੀਅਨ ਛੱਲੇ ਤੋਂ ਜਦੋਂ ਮੈਂ ਪਾਪੂਲਰ ਹੋਇਆ, ਉਹ ਮੈਂ ਜਦੋਂ ਐਡੀਲੇਟ ਗਿਆ ਸੀ ਉਦੋਂ ਹੋਇਆ ਸਾਰਾ ਕੁਛ ਹਨਾ, ਪਰ ਮੈਂ ਜਦੋਂ ਮੈਲਬਨ ਰਹਿੰਦਾ ਸੀਗਾ, ਨਿਊਪੋਰਟ ਸਬਰਬ ਦੇ ਵਿੱਚ ਰਹਿੰਦਾ ਸੀ, ਤੇ ਸਾਨੂੰ ਨਾ ਟ੍ਰੇਨ ਸਟੇਸ਼ਨ ਤੱਕ ਤੁਰ ਕੇ ਰਹਿਣਾ ਪੈਂਦਾ ਸੀਗਾ ਰਾਤ ਨੂੰ ਜੋਬ ਲਈ, ਉਹ 3-4 ਕਿਲੋਮੀਟਰ ਦਾ ਸੀਗਾ ਹੁੰਦਾ ਹਨਾ, ਤਾਂ ਮੈਨੂੰ ਲੱਗਦਾ ਵੀ 20-25 ਮਿੰਟ ਦੀ ਵਾਕ ਹੁੰਦੀ ਸੀਗੀ, ਕਈ ਵਾਰੀ ਭੱਜ ਭੁੱਜ ਕੇ ਵੀ ਜਾਈਦਾ ਸੀ, ਤਾਂ ਸਭ ਤੋਂ ਪਹਿਲਾਂ ਮੈਂ ਨਿੱਕੀ ਦੇ ਲਈ ਜਿੰਦ ਲਿਖਿਆ ਸੀਗਾ, ਤੇ ਐਜ਼ ਆ ਪੋਏਮ ਲਿਖਿਆ ਸੀਗਾ, ਤੇ ਮੈਂ ਕਦੇ ਮਤਲਬ ਕਿਸੇ ਆਪਣੇ ਨਾਲ ਦੇ ਨੂੰ ਵੀ ਨਹੀਂ ਸੁਣਾਇਆ ਹਨਾ, ਮੈਨੂੰ ਕਿਹਾ ਯਾਰ ਉਹ ਮੈਂ ਮਤਲਬ ਮੇਰੀਆਂ ਖੁਦ ਦੀਆਂ ਫੀਲਿੰਗ ਸੀਗੀਆਂ ਹਨਾ, ਮੈਨੂੰ ਲੱਗਦਾ ਸੀਗਾ ਯਾਰ ਵੀ ਕਿੱਥੇ ਇੰਡੀਆ ਹਨਾ, ਕਦੇ ਗਲਾਸ ਪਾਣੀ ਦੇ ਚੱਕ ਇੱਥੋਂ ਉੱਥੇ ਨਹੀਂ ਸੀ ਰੱਖਿਆ, ਉਰੇ ਰਾਤਾਂ ਨੂੰ ਤੁਰੇ ਫਿਰਦੇ ਆ, ਇਹ ਉਹ ਹਨਾ ਨਿੱਕੀ ਜਿਹੀ ਜਿੰਦ ਜ਼ਿੰਮੇਵਾਰੀਆਂ ਨੇ ਭਾਰੀ, ਉਹ ਐਜ਼ ਆ ਪੋਏਮ ਲਿਖਿਆ ਸੀਗਾ। ਫਿਰ ਜਦੋਂ ਆਸਟ੍ਰੇਲੀਅਨ ਛੱਲਾ ਪਾਪੂਲਰ ਹੋ ਗਿਆ ਹਨਾ, ਉਸ ਤੋਂ ਬਾਅਦ ਮੈਨੂੰ ਮਤਲਬ ਫੋਨ ਤੇ ਮੈਸੇਜ ਆਉਣ ਲੱਗ ਗਏ ਵੀ ਹੋਰ ਵੀਡੀਓਜ਼ ਪਾਓ, ਹੋਰ ਗਾਣੇ ਪਾਓ, ਤਾਂ ਮੈਨੂੰ ਸੀ ਯਾਰ ਵੀ ਹੁਣ ਹੋਰ ਕੀ ਲਿਖਾਂ ਹਨਾ, ਫਿਰ ਮੇਰੇ ਯਾਦ ਆਇਆ ਯਾਰ ਵੀ ਉਹ ਪੋਏਮ ਆ, ਫਿਰ ਉਹਨੂੰ ਪੋਏਮ ਨੂੰ ਕੰਪੋਜ਼ ਕੀਤਾ, ਉਹਦਾ ਗਾਣਾ ਬਣਾਇਆ, ਫਿਰ ਉਹਦੇ ਅੰਦਰ ਹੋਰ ਅੰਤਰੇ ਐਡ ਕੀਤੇ, ਫਿਰ ਉਹ ਜਿਹੜਾ ਸੀਗਾ ਸ਼ੇਅਰ ਕੀਤਾ, ਤੇ ਫਿਰ ਉਹ ਵੀ ਮਤਲਬ ਬਹੁਤ ਸਾਰਿਆਂ ਨੂੰ ਵਧੀਆ ਲੱਗਿਆ। ਬਿਲਕੁਲ, ਤੇ ਹੁਣ ਤੱਕ ਤਾਂ ਤੁਸੀਂ ਤੁਹਾਡੇ ਬਹੁਤ ਜ਼ਿਆਦਾ ਸਿੰਗਲਸ ਗਾਣੇ ਵੀ ਆ ਚੁੱਕੇ ਆ, ਲੇਕਿਨ ਉਹਨਾਂ ਗਾਣਿਆਂ ਵਿੱਚੋਂ ਤੁਹਾਡਾ ਫੇਵਰੇਟ ਕਿਹੜਾ ਹੈ? ਨਿੱਕੀ ਜਿਹੀ ਜਿੰਦ ਹੋ ਗਿਆ, ਧੱਕਾ ਬੱਚੀ ਨਾਲ ਹੋ ਗਿਆ ਜਿਹੜਾ ਸੀ, ਜਾਂ ਫਿਰ ਛੱਲਾ, ਤੁਹਾਡਾ ਫੇਵਰੇਟ ਕਿਹੜਾ ਸੀ ਉਸ ਟਾਈਮ ਤੇ? ਨਹੀਂ ਦੇਖੋ ਜੀ, ਮਾਂ ਨੂੰ ਸਾਰੇ ਕੋਥੇ ਇਹ ਜਵਾਬ ਨਹੀਂ ਦੇਣਾ, ਹਰ ਕੋਈ ਦਿੰਦਾ ਕੋਈ ਨਿੱਕੀ ਜਿਹੀ ਜਿੰਦ ਵੀ ਮੈਨੂੰ ਬਹੁਤ ਵਧੀਆ ਲੱਗਦਾ, ਬਿਕਾਜ਼ ਉਹਦੇ ਵਿੱਚ ਜਿਹੜੀ ਢੋਲਕੀ ਵੀ ਵਜਾ ਕੇ ਮੈਂ ਗਾਇਆ ਸੀ। ਹਾਂਜੀ 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 ਬਿਲਕੁਲ। ਤੇ ਬੱਬਲ ਬਾਜੀ, ਉਸ ਤੋਂ ਬਾਅਦ ਕਿਉਂਕਿ ਗਾਣੇ ਵਾਇਰਲ ਹੋ ਗਏ, ਤੁਸੀਂ ਵੀ ਫੇਮਸ ਹੋ ਗਏ, ਉਸ ਤੋਂ ਬਾਅਦ ਸਟੇਜ ਤੇ ਚੜ੍ਹਨ ਦਾ ਐਕਸਪੀਰੀਅੰਸ ਕਿੱਦਾਂ ਰਿਹਾ? ਪਹਿਲੀ ਵਾਰ ਜਦੋਂ ਸਟੇਜ ਤੇ ਗਾਇਆ, ਪਰਫਾਰਮ ਕੀਤਾ, ਤੇ ਉਹ ਕਿਵੇਂ ਦਾ ਸੀ ਐਕਸਪੀਰੀਅੰਸ? ਉਹ ਅਜੇ ਤੱਕ ਯਾਦ ਹੈ ਤੁਹਾਨੂੰ? ਬਿਲਕੁਲ ਯਾਦ ਹੈ ਜੀ, ਮੈਂ ਉਦੋਂ ਤੁਹਾਨੂੰ ਪੁੱਛਿਆ ਕਿ ਐਡੀਲੇਟ ਸੀਗਾ, ਮੈਂ ਉਦੋਂ ਟੈਕਸੀ ਚਲਾਉਣੀ ਹਜੇ ਨਵੀਂ ਨਵੀਂ ਸ਼ੁਰੂ ਕੀਤੀ ਸੀ ਹਨਾ, ਗਿੱਪੀ ਗਰੇਵਾਲ ਬਾਈ ਹੋਣਾ, ਜਿਹੜੇ ਗਿੱਪੀ ਗਰੇਵਾਲ ਦੇ ਵੱਡੇ ਬ੍ਰਦਰ ਆ, ਮੈਂ ਦੇ ਕੋਲ ਮੈਂ ਟੈਕਸੀ ਚਲਾਉਂਦਾ ਸੀਗਾ, ਤੇ ਉਹਨਾਂ ਨੇ ਸ਼ੋਅ ਕਰਵਾਉਣੇ ਸੀਗੇ ਜੀ, ਜਿਹਦੇ ਵਿੱਚ ਮਿਸ ਪੂਜਾ ਜੀ ਤੇ ਗਿੱਪੀ ਗਰੇਵਾਲ ਵੀਰਾ, ਯੁੱਧਵੀਰ ਮਾਣਕ ਤੇ ਗੀਤਾ ਜੈਲਦਰ ਭਾਜੀ ਨੇ ਪਰਫਾਰਮ ਕਰਨਾ ਸੀਗਾ ਹਨਾ, ਤਾਂ ਇੱਕ ਦਿਨ ਮੈਂ ਉਹਨਾਂ ਨੇ ਮੈਨੂੰ ਆਫਿਸ ਬੁਲਾਇਆ, ਕਹਿੰਦੇ ਯਾਰ ਤੂੰ ਗਾਣੇ ਗਾਉਣਾ, ਇੱਦਾਂ ਤਾਂ ਮੈਨੂੰ ਮੁੰਡਿਆਂ ਨੇ ਦੱਸਿਆ ਵੀ ਤੇਰੀਆਂ ਵੀਡੀਓਜ਼ ਯੂਟਿਊਬ ਤੇ ਪਾਪੂਲਰ ਆ, ਮੈਂ ਕਿਹਾ ਵੀ ਹਾਂਜੀ ਹਨਾ, ਇੱਦਾਂ ਆਹ ਇੱਕ ਵੀਡੀਓ ਅਸੀਂ ਪਾਈ ਸੀ ਵੀ ਪਾਪੂਲਰ ਹੋ ਗਈ ਹਨਾ, 2-3 ਆ ਚੁੱਕੀਆਂ ਸੀ ਉਦੋਂ ਤੱਕ, ਮੈਨੂੰ ਲੱਗਦਾ ਮਾਮਾ ਵਾਲਾ ਗਾਣਾ ਵੀ ਆ ਗਿਆ ਸੀਗਾ, ਹਾਂਜੀ, ਤੇ ਹਾਂਜੀ ਆਸਟ੍ਰੇਲੀਅਨ ਛੱਲਾ 2 ਆ ਗਿਆ ਸੀਗਾ ਆਈ ਥਿੰਕ ਹਨਾ ਪਾਰਟ, ਤੇ ਉਹ ਮੈਨੂੰ ਕਹਿੰਦੇ ਇੱਥੇ ਐਡੀਲੇਟ ਆਪਾਂ ਸ਼ੋਅ ਕਰਾਉਣਾ ਵੀ ਤੂੰ ਗਾਏਗਾ, ਮੈਂ ਕਿਹਾ ਹਾਂਜੀ ਮੈਂ ਗਾਊਂਗਾ ਬਿਲਕੁਲ ਹਨਾ, ਕਿਉਂਕਿ ਮੈਨੂੰ ਸਟੇਜ ਦਾ ਐਕਸਪੀਰੀਅੰਸ ਸੀਗਾ ਛੋਟੇ ਹੁੰਦੇ ਤੋਂ ਹਨਾ, ਮੈਂ ਛੋਟੇ ਹੁੰਦੇ ਦੂਰਦਰਸ਼ਨ ਤੇ ਵੀ ਗਾਇਆ ਤੇ ਆਪਣੇ ਸਕੂਲ ਲਈ ਵੀ ਮੈਂ ਗਾਉਂਦਾ ਰਿਹਾ ਸੀ ਕੰਪੀਟੀਸ਼ਨ ਤੇ, ਤਾਂ ਮੈਨੂੰ ਕੌਨਫੀਡੈਂਸ ਸੀਗਾ ਹਨਾ, ਮੈਨੂੰ ਮੈਂ ਹਾਂਜੀ ਮੈਂ ਗਾਊਂਗਾ ਜੀ, ਹਾਲਾਂਕਿ ਗੈਪ ਬਹੁਤ ਲੰਬਾ ਹੋ ਗਿਆ ਸੀਗਾ, ਗਾਇਆ ਨਹੀਂ ਸੀ ਬਹੁਤ ਸਾਲਾਂ ਤੋਂ ਹਨਾ ਜੀ,
ਕਿਉਂਕਿ ਉਦੋਂ ਤਾਜ਼ਾ ਤਾਜ਼ਾ ਕੰਮ ਸੀਗਾ, ਵਾਇਰਲ ਸੀਗਾ, ਤੇ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੇ ਸਟੂਡੈਂਟਸ ਆ ਇਹਨੂੰ ਮੁੰਡੇ ਨੂੰ ਹਨਾ ਹਾਂਜੀ ਪਸੰਦ ਕਰਨ ਲੱਗੇ, ਮਤਲਬ ਪਸੰਦ ਕਰਦੇ ਆ, ਹਾਂਜੀ ਹਾਂਜੀ ਹਾਂਜੀ, ਵੀ ਇਹਨੂੰ ਆਪਾਂ ਨਾਲ ਰੱਖੀਏ ਤਾਂ ਫਾਇਦੇ ਵਾਲੀ ਗੱਲ ਆ। ਤਾਂ ਉਹ ਕਹਿੰਦੇ ਵੀ ਸਾਰੇ ਆਸਟ੍ਰੇਲੀਆ ਤੇ ਟੂਰ ਤੇ ਤੈਨੂੰ ਨਾਲ ਲੈ ਕੇ ਜਾਣਾ, ਵੀ ਕੋਈ ਪ੍ਰੋਬਲਮ ਤਾਂ ਨਹੀਂ? ਮੈਂ ਮਨ ਚ ਸੋਚਿਆ ਮੇਰੇ ਲੱਡੂ ਫੁੱਟਣ, ਮੈਂ ਕਿਹਾ ਵੀ ਮੈਨੂੰ ਕਾਹਦੇ ਪ੍ਰੋਬਲਮ ਹੋ ਗਈ ਹੈ ਨਾ, ਮੈਂ ਤੁਹਾਡੀ ਕੈਬ ਚਲਾਉਣਾ ਆਪਾਂ ਖੜਾ ਦੇਣੀ ਆ, ਤੁਸੀਂ ਛੁੱਟੀਆਂ ਦੇਣੀਆਂ ਹੈ ਕਿ ਵੀ ਫ੍ਰੀ ਦੇ ਵਿੱਚ ਸਾਰਾ ਆਸਟ੍ਰੇਲੀਆ ਘੁੰਮਣ ਨੂੰ ਮਿਲੂਗਾ, ਮੈਨੂੰ ਹੋਰ ਕੀ ਚਾਹੀਦਾ। ਤਾਂ ਫਿਰ ਉਹ ਮੈਂ ਯੈਸ ਕੀਤੀ ਹੈ ਨਾ ਸਾਰਾ, ਤਾਂ ਪਹਿਲਾਂ ਫਿਰ ਜਿਹੜੀ ਸਟੇਜ ਪਰਫਾਰਮੈਂਸ ਸੀਗੀ ਸਿਡਨੀ ਸੀਗੀ, ਓਕੇ, ਸਿਡਨੀ ਤੋਂ ਟੂਰ ਸੀਗਾ ਜਿਹੜਾ ਸ਼ੁਰੂ ਹੋਇਆ ਸੀਗਾ, ਤੇ ਮੈਨੂੰ ਯਾਦ ਆ ਬਲੈਕ ਟਾਊਨ ਪਾਰਕ ਦੇ ਵਿੱਚ ਮੇਲਾ ਸੀਗਾ, ਤੇ ਮੈਨੂੰ ਸੱਤੀ ਵੀਰੇ ਹੁਣੀ ਲੈ ਕੇ ਗਏ ਉੱਥੇ ਏਅਰਪੋਰਟ ਤੋਂ ਆ ਕੇ, ਤੇ ਮੇਰੇ ਹੱਥ ਪੈਰ ਜੇ ਕੰਬੀ ਜਾਂਦੇ ਸੀਗੇ ਸਟੇਜ ਤੇ ਚੜ੍ਹਨ ਲੱਗੇ ਦੇ ਹਨਾ, ਤੇ ਇੰਨਾ ਉਦੋਂ ਐਵੇਂ ਕਹਾਂ ਮੈਂ ਲਾਈਕ ਲਾਈਵ ਗਾਉਣ ਲਈ ਬਹੁਤ ਸਾਊਂਡ ਵੀ ਨੀ ਸੀਗਾ, ਬਹੁਤ ਸੋਲਿਡ ਨੀ ਸੀਗਾ ਹਨਾ, ਕਿਉਂਕਿ ਰਿਆਜ਼ ਰਿਊਜ਼ ਹੈ ਨੀ ਸੀਗਾ, ਮੈਨੂੰ ਥੋੜਾ ਥੋੜਾ ਡਰ ਵੀ ਲੱਗ ਰਿਹਾ ਸੀਗਾ ਹਨਾ। ਪਰ ਮੈਨੂੰ ਯਾਦ ਆ ਕਿ ਜਦੋਂ ਮੇਰਾ ਨਾਮ ਅਨਾਊਂਸ ਹੋਇਆ ਤਾਂ ਇੰਨਾ ਰੌਲਾ ਪਿਆ ਹਨਾ, ਤੇ ਜਦੋਂ ਮੈਂ ਸਟੇਜ ਉੱਤੇ ਗਿਆ ਨਾ, ਮਤਲਬ ਬਹੁਤ ਮਤਲਬ ਲੋਕਾਂ ਨੇ ਹਨਾ ਕੀ ਕਹਿੰਦੇ ਹੁੰਦੇ ਆ ਹੱਥਾਂ ਤੇ ਚੱਕ ਲਿਆ ਮੈਨੂੰ, ਹਾਂ ਮਤਲਬ ਮੈਂ ਇੰਨਾ ਮੈਂ ਭੁੱਲ ਗਿਆ ਵੀ ਮੇਰੀ ਪਹਿਲੀ ਪਰਫਾਰਮੈਂਸ ਆ, ਇਹ ਹੈ ਵੋ ਹੈ, ਕੁਛ ਨੀ, ਬਸ ਮੈਂ ਇੰਨਾ ਆਪਣੇ ਵੱਲੋਂ ਪੂਰਾ ਦਿਲੋਂ ਗਾਇਆ ਤੇ ਸਾਰਿਆਂ ਨੇ ਬਹੁਤ ਪਸੰਦ ਕੀਤਾ, ਡਰ ਲੱਗਦਾ ਉਸ ਚੀਜ਼ ਦਾ? ਫੇਮ ਨੂੰ ਖੋਣ ਦਾ ਡਰ? ਹਾਂਜੀ ਹਾਂਜੀ ਬਿਲਕੁਲ ਵੀਰੇ, ਕਿਉਂਕਿ ਬੰਦੇ ਦੀ ਇਹੀ ਹੁੰਦਾ ਯਾਰ, ਇੱਕ ਤਾਂ ਬੰਦੇ ਕੋਲ ਵੀ ਪੈਸਾ ਇੰਨਾ ਹੋਵੇ ਵੀ ਆਪਾਂ ਸੌਖੇ ਰਹੀਏ ਹਨਾ ਜ਼ਿੰਦਗੀ ਦੇ ਵਿੱਚ, ਤੇ ਫਿਰ ਜਿਹਦੇ ਕੋਲ ਪੈਸਾ ਆ ਜਾਂਦਾ ਉਹਨੂੰ ਹੁੰਦਾ ਕਿ ਯਾਰ ਹੁਣ ਮੇਰੀ ਚੱਲੇ ਵੀ, ਉਹਦੇ ਕੋਲ ਪਾਵਰ ਵੀ ਹੋਵੇ, ਬਿਲਕੁਲ, ਜਿਹਦੇ ਕੋਲ ਪਾਵਰ ਹੁੰਦੀ ਹੈ ਫਿਰ ਉਹਨੂੰ ਬੰਦੇ ਨੂੰ ਹੁੰਦਾ ਕਿ ਯਾਰ ਹੁਣ ਮੈਂ ਫੇਮਸ ਵੀ ਹੋਣਾ ਚਾਹੀਦਾ, ਸਾਰੇ ਮੈਨੂੰ ਜਾਣਦੇ ਹੋਣ, ਪਤਾ ਹੋਣਾ ਚਾਹੀਦਾ। ਤੁਸੀਂ ਦੇਖ ਰਹੇ ਹੋ ਚਾਹੇ ਪੋਲੀਟੀਸ਼ੀਅਨਸ ਨੇ ਚਾਹੇ ਵੱਡੇ ਬਿਜ਼ਨਸਮੈਨ ਨੇ, ਆਲਵੇਜ਼ ਉਹਨਾਂ ਨੂੰ ਹੁੰਦਾ ਕਿ ਯਾਰ ਵੀ ਇਹੀ ਦੋ ਤਿੰਨ ਚੀਜ਼ਾਂ ਦੀ ਬੰਦੇ ਨੂੰ ਹਨਾ ਖੁਆਇਸ਼ ਰਹਿੰਦੀ ਬਹੁਤ ਜ਼ਿਆਦਾ। ਤਾਂ ਓਬਵੀਅਸਲੀ ਜਦੋਂ ਹੁਣ ਇਹ ਹੋ ਜਾਂਦਾ ਜੀ, ਮਿਲ ਜਾਂਦਾ, ਮਤਲਬ ਹੁਣ ਜਿੱਦਾਂ ਸਾਰੇ ਹੁਣ ਪਛਾਣਦੇ ਆ ਮਹਾਰਾਜ ਦੀ ਕਿਰਪਾ ਨਾਲ, ਤਾਂ ਓਬਵੀਅਸਲੀ ਡਰ ਲੱਗਦਾ ਕਿ ਹਰ ਵਾਰੀ ਹਰ ਗਾਣਾ ਫਿਲਮ ਕਰਨ ਤੋਂ ਪਹਿਲਾਂ ਸੋਚਣਾ ਪੈਂਦਾ ਕਿ ਯਾਰ ਵੀ ਇਹ ਮਾੜਾ ਨਾ ਚਲੇ ਜਾਵੇ ਹਨਾ, ਤਾਂ ਵੀ ਜਿਹੜੀ ਇਹ ਰੈਪੂਟੇਸ਼ਨ ਆ ਜਾਂ ਜਿਹੜਾ ਨਾਮ ਆ ਇਹ ਖਰਾਬ ਨਾ ਹੋ ਜਾਵੇ, ਤਾਂ ਬਹੁਤ ਡਰ ਲੱਗਦਾ ਜੀ। ਲੱਗਦਾ ਕਿ ਜਿਹੜੀ ਜਿੰਨੀ ਵੀ ਇਹ ਮਤਲਬ ਗਲੈਮਰ ਵਾਲੀ ਜਿੰਨਾ ਇਹਦੇ ਵਿੱਚ ਗਲੈਮਰ ਆ ਲਾਈਨ ਦੇ ਵਿੱਚ, ਤਾਂ ਜਿਹੜੀ ਡਿਪਰੈਸ਼ਨ ਇਹਦੇ ਪੈਰਲਰ ਹੀ ਚੱਲਦੀ ਹੈ, ਮੈਨੂੰ ਲੱਗਦਾ ਜਦੋਂ ਵੀ ਤੁਹਾਨੂੰ ਲੋਕਾਂ ਦੀ ਅਟੈਨਸ਼ਨ ਮਿਲਦੀ ਤਾਂ ਥੋੜੀ ਜਿਹੀ ਘੱਟ ਜਾਂਦੀ। ਤੁਸੀਂ ਦੇਖੋ ਬਹੁਤ ਵੱਡੀ ਵੱਡੀ ਸੈਲੀਬ੍ਰਿਟੀਜ਼ ਰੀਸੈਂਟਲੀ ਜੇ ਆਪਾਂ ਹਨਾ, ਨਹੀਂ ਬਿਲਕੁਲ, ਬਹੁਤ ਵੱਡੀਆਂ ਐਗਜ਼ਾਮਪਲ, ਬਹੁਤ ਵੱਡੀਆਂ ਐਗਜ਼ਾਮਪਲਸ ਨੇ ਸਾਡੇ ਕੋਲ। ਹਾਂਜੀ ਜੀ ਬਿਲਕੁਲ, ਜਦੋਂ ਤੁਹਾਨੂੰ ਲਾਈਕ ਤੁਹਾਡਾ ਗ੍ਰਾਫ ਆ ਜਿਹੜਾ ਪਪੂਲੈਰਿਟੀ ਦਾ ਥੋੜਾ ਬਹੁਤਾ ਵੀ ਥੱਲੇ ਜਾਂਦਾ, ਤਾਂ ਓਬਵੀਅਸਲੀ ਬੰਦੇ ਨੂੰ ਲੱਗਦਾ ਕਿ ਯਾਰ ਨਹੀਂ ਮੇਰੀ ਲਾਈਫ ਖਤਮ ਹੋ ਗਈ ਹੈ। ਸੋ ਪਰ ਮੈਂ ਤੁਹਾਨੂੰ ਦੱਸਦਾ ਮੇਰਾ ਮਾਇੰਡ ਸੈਟ ਮੈਂ ਆਲਵੇਜ਼ ਇਹ ਰੱਖਿਆ ਹੋਇਆ ਕਿ ਮੈਂ ਜਿੱਥੋਂ ਸ਼ੁਰੂ ਹੋਇਆ ਸੀਗਾ ਤੇ ਮੈਂ ਕਦੇ ਸੋਚਿਆ ਨਹੀਂ ਸੀਗਾ ਇਸ ਪਾਸੇ ਨੂੰ ਆਉਣ, ਤੇ ਮੈਂ ਆਲਵੇਜ਼ ਇਹਨੂੰ ਬੋਨਸ ਦੇ ਤੌਰ ਤੇ ਲੈਣਾ। ਓਬਵੀਅਸਲੀ ਮੈਂ ਹੁਣ ਬਹੁਤ ਮਿਹਨਤ ਕਰਦਾ ਤੇ ਮੇਰਾ ਪੈਸ਼ਨ ਬਣ ਚੁੱਕਿਆ ਕੰਮ ਮੇਰਾ, ਬਿਲਕੁਲ, ਪਰ ਮੇਰਾ ਮਾਇੰਡ ਸੈਟ ਅਸੀਂ ਰੱਖਿਆ ਹੋਇਆ ਕਿ ਜੇ ਕਦੇ ਇਨ ਫਿਊਚਰ ਰੱਬ ਨਾ ਕਰੇ ਲੋੜ ਪਈ ਤਾਂ ਮੈਂ ਜਿੱਥੋਂ ਸ਼ੁਰੂ ਹੋਇਆ ਸੀ ਮੈਂ ਉੱਥੋਂ ਦੁਬਾਰਾ ਆਪਣਾ ਕੰਮ ਸ਼ੁਰੂ ਕਰ ਸਕਦਾ, ਕੋਈ ਚੱਕਰ ਨਹੀਂ ਆਈ। ਥੋੜੀਆਂ ਪੋਜ਼ਿਟਿਵ ਗੱਲਾਂ ਨਾਲ ਹੋਰ ਵੀ ਜਿਹੜੇ ਇੱਥੇ ਅੱਜ ਮੁੰਡੇ ਆਏ ਨੇ ਸਟੂਡੈਂਟ ਲਾਈਫ 'ਚ ਬਹੁਤ ਜ਼ਿਆਦਾ ਪੋਜ਼ਿਟਿਵ ਹੋਣਗੇ। ਅਤੇ ਬੱਬਲ ਜੀ ਇੱਕ ਹੋਰ ਸਵਾਲ ਇਹ ਹੈ ਕਿ ਤੁਸੀਂ ਦੱਸਤਾ ਕਿ ਤੁਸੀਂ ਹਮੇਸ਼ਾ ਪੋਜ਼ਿਟਿਵ ਐਟੀਟਿਊਡ ਨਾਲ ਹੀ ਅੱਗੇ ਵੱਧਦੇ ਹੋ ਜੀ, ਅਤੇ ਉਹ ਜਿਹੜਾ ਪੋਜ਼ਿਟਿਵ ਐਟੀਟਿਊਡ ਹੈ ਕਿੱਥੋਂ ਇੰਸਪੀਰੇਸ਼ਨ ਲੈਂਦੇ ਹੋ? ਓਬਵੀਅਸਲੀ ਅਗਰ ਤੁਸੀਂ ਸਿੰਗਰ ਹੋ ਤਾਂ ਕਿਸੇ ਐਜ਼ ਅ ਸਿੰਗਰ ਨੂੰ ਜਾਂ ਕਿਸੇ ਮਿਊਜ਼ਿਕ ਡਾਇਰੈਕਟਰ ਨੂੰ ਦੇਖਦੇ ਹੋ, ਆਪਣੀ ਜ਼ਿੰਦਗੀ ਦਾ ਆਈਡਲ ਮੰਨਦੇ ਹੋ ਕਿਸੇ ਨੂੰ? ਨਹੀਂ ਜੀ, ਮੈਂ ਛੋਟੇ ਹੁੰਦੇ ਤੋਂ ਮਿਊਜ਼ਿਕ ਬਹੁਤ ਸੁਣਦਾ ਰਿਹਾ, ਬੜੇ ਲੋਕਾਂ ਨੂੰ ਮੈਂ ਪਸੰਦ ਕਰਦਾ, ਫੋਲੋ ਵੀ ਕਰਦਾ, ਪਰ ਐਜ਼ ਸੱਚ ਇੱਦਾਂ ਦਾ ਕੋਈ ਆਈਡਲ ਨਹੀਂ ਹੈਗਾ ਕਿ ਜਿਹਨੂੰ ਮੈਂ ਕਹਾਂ ਕਿ ਹਾਂ ਯਾਰ ਮੈਂ ਇਹ ਬੰਦੇ ਨੂੰ ਫੋਲੋ ਕਰ ਰਿਹਾ। ਇੱਦਾਂ ਕਾਫੀ ਸੈਲੀਬ੍ਰਿਟੀਜ਼ ਹੈਗੀਆਂ ਜਿੱਦਾਂ ਆਮਿਰ ਖਾਨ ਹੋ ਗਏ ਹਨਾ, ਗੁਰਦਾਸ ਮਾਨ ਜੀ ਹੋ ਗਏ, ਜਾਂ ਹੋਰ ਕਾਫੀ ਵੱਡੇ ਨਾਮ ਜਿੱਦਾਂ ਯੁਵਰਾਜ ਸਿੰਘ ਕਰੈਕਟਰ, ਉਹਦਾ ਮੈਂ ਬਹੁਤ ਵੱਡਾ ਫੈਨ ਹਾਂ, ਤੇ ਹਨਾ ਉਹ ਬਹੁਤ ਬੰਦਾ ਫਾਈਟਰ ਆ, ਉਹਨੇ ਆਪਣੀ ਲਾਈਫ ਦੇ ਵਿੱਚ ਐਡਾ ਵੱਡਾ ਕਮਬੈਕ ਕੀਤਾ ਨਾ, ਕੈਂਸਰ ਡੈਥ ਬੈੱਡ ਤੋਂ ਉੱਠ ਕੇ ਉਹ ਦੁਬਾਰਾ ਪਰਫਾਰਮ ਕਰ ਰਹੇ। ਸੋ ਇੱਦਾਂ ਦੀ ਐਗਜ਼ਾਮਪਲ ਆਪਾਂ ਨੂੰ ਲਾਈਫ 'ਚ ਬਹੁਤ ਮਿਲ ਜਾਂਦੀ ਹੈ ਜੀ। ਮੈਂ ਜਦੋਂ ਟਾਈਮ ਹੋਵੇ ਤਾਂ ਮੈਂ ਰੀਡਿੰਗ ਕਰਦਾ, ਪੜ੍ਹਦਾ, ਉੱਥੋਂ ਤੁਹਾਨੂੰ ਮਤਲਬ ਸਿੱਖਣ ਨੂੰ ਬਹੁਤ ਮਿਲਦੀਆਂ ਨੇ ਹਨਾ ਜੀ। ਤੇ ਜ਼ਰੂਰੀ ਨੀਗਾ ਸੈਲੀਬ੍ਰਿਟੀਜ਼ ਨੂੰ ਤੁਹਾਡੇ ਨੇੜੇ ਤੇੜੇ ਤੁਹਾਡੇ ਫਾਦਰ ਮਦਰ ਹਨਾ, ਤੁਹਾਡਾ ਵੀਰ ਭਰਾ ਕਿਸੇ ਨਾ ਕਿਸੇ ਲਾਈਫ ਦੇ ਵਿੱਚ ਇੱਦਾਂ ਦੀ ਸਟਰਗਲ ਵਾਲੀ ਪੀਰੀਅਡ 'ਚ ਨਿਕਲਿਆ ਹੋਵੇ, ਉਹਨੇ ਫਾਈਟ ਬੈਕ ਕੀਤਾ, ਉਹਦੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਜਾਂ ਤੁਹਾਨੂੰ ਮਤਲਬ ਧਿਆਨ ਰੱਖਣ ਦੀ ਲੋੜ ਹੈ ਕਿ ਤੁਸੀਂ ਕਿੱਥੋਂ ਸਿੱਖਣਾ। ਬਿਲਕੁਲ, ਤੇ ਬੱਬਲ ਜੀ ਹੁਣ ਥੋੜੇ ਸਵਾਲ ਆਪਾਂ ਫਾਈਨਲੀ। ਹਾਂਜੀ ਹਾਂਜੀ ਮਿਹਨਤ ਕਰਦੇ ਰਹਿੰਦੇ ਹੋ ਤਾਂ ਫ੍ਰੀ ਟਾਈਮ ਹੁੰਦਾ ਉਦੋਂ ਕੀ ਕਰਦੇ ਹੋ? ਲੇਕਿਨ ਤੁਸੀਂ ਦੱਸਿਆ ਕਿ ਬੁੱਕਸ ਵੀ ਪੜ੍ਹਦੇ ਹੋ ਤੁਸੀਂ।
ਤੇ ਰੀਸੈਂਟਲੀ ਇਦਾਂ ਦੀ ਕਿਹੜੀ ਬੁੱਕ ਆ ਜਿਹੜੀ ਤੁਸੀਂ ਸਾਨੂੰ ਵੀ ਰਿਕਮੈਂਡ ਕਰਨਾ ਚਾਹੋਗੇ ਕਿ ਉਹ ਪੜ੍ਹਨੀ ਜ਼ਰੂਰੀ ਆ ਐਜ਼ ਬੀਇੰਗ ਐਨ ਆਰਟਿਸਟ? ਬੀਇੰਗ ਐਨ ਆਰਟਿਸਟ ਡਿਪੈਂਡ ਕਰਦਾ ਤੁਹਾਡਾ ਇੰਟਰਸਟ ਕਿੱਦਾਂ ਦਾ। ਜਿੱਦਾਂ ਮੈਂ ਸ਼ਾਇਰੀ ਦੀਆਂ ਕਿਤਾਬਾਂ ਵੀ ਪੜ੍ਹਦਾ, ਪਰ ਮੈਨੂੰ ਕਦੇ ਇੱਕ ਟਾਈਮ ਤੇ ਜਾ ਕੇ ਸ਼ਾਇਰੀ ਬੋਰ ਕਰਨ ਲੱਗ ਜਾਂਦੀ ਹੈ ਨਾ। ਓਕੇ, ਜਿਹੜੇ ਸ਼ੇਰ ਨੇ ਹਨਾ ਜਾਂ ਚਾਹੇ ਉਰਦੂ ਦੇ ਹੋਣ ਹਨਾ। ਹਾਂਜੀ ਹਾਂਜੀ, ਪਰ ਕਾਫੀ ਸਾਰੇ ਸ਼ਾਇਰ ਹੈਗੇ ਜਿਹੜੇ ਮਤਲਬ ਸ਼ਾਇਰ ਨੇ ਜਿਹੜੇ ਵਧੀਆ ਨੇ, ਮਤਲਬ ਮੈਨੂੰ ਲੱਗਦਾ ਵਧੀਆ, ਜਿਹਨਾਂ ਦੇ ਸ਼ੇਰ ਈਜ਼ੀ ਹੁੰਦੇ ਆ ਯਾਦ ਕਰਨੇ ਵੀ, ਤੇ ਉਹ ਆਪਣੀ ਆਪਣੀ ਲਾਈਫ ਦੇ ਉੱਤੇ ਬੜੇ ਢੁਕਵੇਂ ਵੀ ਹੁੰਦੇ ਆ, ਜਿੱਦਾਂ ਬਸ਼ੀਰ ਬਦਰ ਜੀ ਹੋ ਗਏ ਜਾਂ ਮਨਵਰ ਰਾਣਾ ਜੀ ਹੋ ਗਏ। ਪਰ ਨਰਿੰਦਰ ਸਿੰਘ ਕਪੂਰ ਦੀਆਂ ਮੈਂ ਦੋ ਤਿੰਨ ਕਿਤਾਬਾਂ ਪੜ੍ਹੀਆਂ ਜੀ, ਉਹਨਾਂ ਨੇ ਬਹੁਤ ਪ੍ਰਭਾਵਿਤ ਕੀਤਾ ਮੈਨੂੰ। ਉਹਨਾਂ ਦੀਆਂ ਉਹਨਾਂ ਦੀ ਜਿਹੜੀਆਂ ਡੂੰਘੀਆਂ ਸ਼ਿਖਰਾਂ ਕਿਤਾਬ ਹੈ ਨਾ, ਜਿਹਦੇ ਵਿੱਚ ਲੇਖ ਨੇ, ਉਹ ਸਾਰੇ ਲੇਖ ਹੀ ਇੰਨੇ ਵਧੀਆ ਨੇ, ਤੇ ਉਹਨਾਂ ਨੇ ਦੱਸਿਆ ਹੋਇਆ ਉਹ ਕਿਤਾਬ ਦੇ ਵਿੱਚ ਕਿ ਉਹਨਾਂ ਦਾ ਲਿਖਣ ਦਾ ਮੰਤਵ ਇਹ ਸੀਗਾ ਕਿ ਕਹਿੰਦੇ ਮੈਂ ਨਿਰਾਸ਼ਾ ਨਹੀਂ ਲਿਖਣੀ ਚਾਹੁੰਦਾ ਹੈਗਾ, ਮੈਂ ਚਾਹੁੰਦਾ ਕਿ ਮੈਂ ਪੋਜ਼ਿਟਿਵ ਲਿਖਾਂ, ਕਿ ਜਿਹਨੂੰ ਪੜ੍ਹ ਕੇ ਹਰ ਬੰਦਾ ਜਿਹੜਾ ਉਹਦੀ ਜਿਹੜਾ ਐਟੀਟਿਊਡ ਆ ਉਹਦੀ ਥਿੰਕਿੰਗ ਹੈ ਜਿਹੜੀ ਪੋਜ਼ਿਟਿਵ ਹੋਵੇ, ਤੇ ਉਹ ਕਿਤਾਬ ਜ਼ਰੂਰ ਜਦੋਂ ਵੀ ਕਿਸੇ ਨੂੰ ਟਾਈਮ ਲੱਗੇ, ਡੂੰਘੀਆਂ ਸ਼ਿਖਰਾਂ ਨਾਲ ਕਿਤਾਬ ਹੈ ਜੀ ਨਰਿੰਦਰ ਸਿੰਘ ਕਪੂਰ, ਹਾਂਜੀ ਉਹਦੇ ਲੇਖ ਜ਼ਰੂਰ ਪੜ੍ਹਨ ਵਾਲੇ ਜੀ। ਛੋਟੀ ਬਹੁਤ ਵੱਡੀ ਕਿਤਾਬ ਨੀ ਜੀ, ਥੋੜੇ ਲੇਖ ਨੇ, ਬਹੁਤ ਵੱਡੇ ਵੱਡੇ ਨੀ ਹੈਗੇ, ਤੇ ਪਰ ਸਿੱਖਣ ਨੂੰ ਬਹੁਤ ਕੁਛ ਮਿਲੂਗਾ ਜੀ ਉੱਥੇ। ਤੇ ਬਬਲ ਜੀ, ਤੁਹਾਡਾ ਫੇਵਰੇਟ ਬਾਈਕ ਕਿਹੜਾ ਆ, ਹਾਰਲੇ ਜਾਂ ਯਾਮਾਹਾ, ਜ਼ਿਆਦਾ ਪਸੰਦ ਕਿਹੜਾ? ਆਈ ਥਿੰਕ ਹਾਰਲੇ ਹੈ ਨਾ ਤੁਹਾਡੇ ਕੋਲ? ਨਹੀਂ ਜੀ, ਮੇਰੇ ਕੋਲ ਹਾਰ ਲਈ ਨਹੀਂ ਹੈਗਾ, ਮੇਰੇ ਕੋਲ ਬੁਲਟ ਹੈਗਾ, ਬੁਲਟ ਉਹੀ ਮੇਰਾ ਫੇਵਰੇਟ ਵੀ ਹੈਗਾ ਜੀ। ਅੱਛਾ ਜੀ, ਤੇ ਅਗਰ ਇੱਕ ਡ੍ਰੀਮ ਬਾਈਕ ਦਾ ਵੀ ਤੁਹਾਨੂੰ ਦੱਸਦਾ ਕਿ ਜਦੋਂ ਮੈਂ ਕਾਲਜ ਦੇ ਵਿੱਚ ਲੱਗਿਆ ਸੀਗਾ ਹੈ ਨਾ, ਜਿਵੇਂ ਹੁਣ ਵੀ ਤੁਸੀਂ ਦੇਖਿਆ ਮੈਂ ਬਾਹਲਾ ਲੰਬਾ ਚੌੜਾ ਨੀ ਹੈਗਾ ਕਰਕੇ, ਹਾਂਜੀ ਹਾਂਜੀ, ਉਦੋਂ ਮੈਨੂੰ ਬੁਲਟ ਬਹੁਤ ਵਧੀਆ ਲੱਗਦਾ ਹੁੰਦਾ ਸੀ, ਪਰ ਉਦੋਂ ਮੈਂ ਜ਼ਿਆਦਾ ਹੀ ਹੌਲਾ ਜਿਹਾ ਹੁੰਦਾ ਸੀਗਾ ਹੈ ਨਾ, ਮੈਂ ਤਾਂ ਬੁਲਟ ਲੈਣਾ ਚਾਹੁੰਦਾ ਸੀਗਾ, ਪਰ ਮੈਨੂੰ ਪਤਾ ਸੀਗਾ ਵੀ ਲੈ ਕੇ ਕਿਸੇ ਦਿਨ ਮੇਰੇ ਤੇ ਡਿੱਗੂਗਾ, ਤੇ ਲੈ ਨਹੀਂ ਹੋਇਆ ਹੈ ਨਾ। ਤੇ ਉਦੋਂ ਮੈਂ ਐਂਟਾਈਸਰ ਲਿਆ ਸੀ ਯਾਮਾਹਾ ਦਾ, ਇੱਕ ਨੀਵਾਂ ਜਿਹਾ ਬਾਈਕ, ਹਾਂਜੀ, ਪਰ ਫਿਰ ਮੈਂ ਉਸ ਤੋਂ ਬਾਅਦ ਜਦੋਂ ਗਾਣੇ ਗੁਣੇ ਲਿਖਣੇ ਸ਼ੁਰੂ ਕੀਤੇ ਤਾਂ ਕਿਉਂਕਿ ਬੁਲਟ ਫੈਂਟਸਾਈਜ਼ ਕਰਦਾ ਸੀਗਾ, ਤੇ ਵੈਸੇ ਵੀ ਹੈ ਨਾ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਬੁਲਟ ਨਾਲ ਬਹੁਤ ਪਿਆਰ ਆ, ਤਾਂ ਉਹ ਮੈਂ ਗਾਣੇ ਗੁਣੇ 'ਚ ਵੀ ਲਿਖਿਆ, ਫਿਰ ਮੈਨੂੰ ਲੱਗਿਆ ਯਾਰ ਵੀ ਇੱਕ ਲੈ ਵੀ ਲੈਣਾ ਚਾਹੀਦਾ, ਤੇਰੇ ਗੱਲ ਨੂੰ ਅਗਰ ਗਿਆ ਯਾਰ ਤੇਰੇ ਕੋਲ ਹੈ ਤਾਂ ਹੈ ਨੀ ਗੱਲਾਂ ਤੋਂ ਹੋਰ ਹੀ ਕਰੀਏ। ਤੇ ਮੈਨੂੰ ਜਦੋਂ ਮੈਂ ਗਾਣੇ ਲਿਖਦਾ ਮੈਨੂੰ ਹੁੰਦਾ ਕਿ ਮੈਂ ਥੋੜਾ ਰਿਐਲਿਟੀ ਦੇ ਨੇੜੇ ਦਾ ਹੀ ਲਿਖਾਂ, ਇੱਦਾਂ ਕੋਈ ਗੱਪਾਂ ਨਾ ਮਾਰਾਂ। ਹਾਂਜੀ ਹਾਂਜੀ ਬਿਲਕੁਲ, ਤੇ ਥੈਂਕ ਯੂ ਬਬਲ ਭਾਅ ਜੀ ਸਾਰੀ ਜਾਣਕਾਰੀ ਵਾਸਤੇ, ਤੇ ਇੰਨਾ ਪੋਜ਼ਿਟਿਵ ਮਾਹੌਲ ਕ੍ਰੀਏਟ ਕਰਨ ਵਾਸਤੇ। ਆਈ ਹੋਪ ਕਿ ਸਭ ਨੂੰ ਬਹੁਤ ਪਸੰਦ ਆਈਆਂ ਹੋਣਗੀਆਂ ਗੱਲਾਂ। ਤੇ ਆਖਰੀ ਸਵਾਲ, ਪੋਜ਼ਿਟਿਵ ਜੀ ਮੂਵੀ ਵੀ ਆ ਰਹੀ ਆ ਤੁਹਾਡੀ ਸਰਗੀ, ਤੇ ਉਹ ਕਿਉਂ ਦੇਖੀ ਜਾਵੇ? ਜਿਹੜੇ ਰੇਡੀਓ ਹਾਂਜੀ ਦੇ ਲਿਸਨਰਸ ਨੇ ਜਾਂ ਜਿੰਨੇ ਵੀ ਜਣੇ ਸਾਨੂੰ ਸੁਣਦੇ ਪਏ ਨੇ, ਉਹ ਫਿਲਮ ਦੇਖਣ ਕਿਉਂ ਜਾਣ? ਤਿੰਨ ਗੱਲਾਂ ਦੱਸਣੀਆਂ ਨੇ, ਆਈ ਨੋ ਤਿੰਨ ਗੱਲਾਂ ਹੈਗੀਆਂ ਨੇ, ਜੱਸੀ ਹੈ ਵਿੱਚ, ਬੱਬਲ ਹੈ, ਰੁਬੀਨਾ ਹੈ, ਤੇ ਉਸ ਤੋਂ ਇਲਾਵਾ ਕੀ ਆ, ਕਿਉਂ? ਥੈਂਕ ਯੂ, ਤੁਸੀਂ ਇੱਕ ਗੱਲ ਤਾਂ ਥੈਂਕ ਯੂ ਦੱਸਤੀ ਹੈ ਨਾ, ਹਾਂਜੀ, ਮੇਰੇ ਕੋਲ ਤਿੰਨ ਹੋਰ ਵੱਧ ਗਈਆਂ। ਹਾਂਜੀ, ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਮੈਨੂੰ ਲੱਗਦਾ ਕਿ ਜਿਹੜੀ ਮਤਲਬ ਸੋਚ ਕੇ ਮੈਂ ਕੋਈ ਫਿਲਮ ਦੇਖਣ ਜਾਂਦਾ ਹੈ ਨਾ, ਤੁਸੀਂ ਫਿਲਮ ਦਾ ਟ੍ਰੇਲਰ ਦੇਖੋ, ਤੁਹਾਨੂੰ ਪਹਿਲੀ ਸੱਟੀ ਇਹ ਲੱਗੂਗਾ ਕਿ ਯਾਰ ਇਹ ਫਿਲਮ ਬਹੁਤ ਵਧੀਆ ਹੋਊਗੀ ਹੈ ਨਾ, ਬਹੁਤ ਇੰਟਰਟੇਨਿੰਗ ਹੋਊਗੀ। ਤੇ ਜਦੋਂ ਮੈਂ ਕੋਈ ਫਿਲਮ ਦੇਖਣ ਜਾਂਦਾ ਮੈਨੂੰ ਇਹੀ ਹੁੰਦਾ ਯਾਰ ਕਿ ਯਾਰ ਬੰਦਾ ਦੋ ਢਾਈ ਘੰਟੇ ਜਾਵੇ, ਰਿਲੈਕਸ ਹੋ ਕੇ ਤੇ ਸਟ੍ਰੈਸ ਫ੍ਰੀ ਹੋ ਕੇ ਨਿਕਲੇ ਥੀਏਟਰ ਦੇ ਵਿੱਚੋਂ, ਇਹ ਨਾ ਹੋਵੇ ਕਿ ਯਾਰ ਗਾਹਾਂ ਜਾ ਕੇ ਵੀ ਰੋਣਾ ਧੋਣਾ ਹੈ ਨਾ, ਡਾਰਕ ਜਿਹੀ ਫਿਲਮ ਹੋਵੇ ਹੈ ਨਾ, ਸੋ ਓਦਾਂ ਵੀ ਨੀ ਹੈਗੀ, ਫਿਲਮ ਬਹੁਤ ਵਧੀਆ ਬਣੀ ਹੋਈ ਹੈ ਸਰਗੀ ਫਿਲਮ, ਤੇ ਸਾਰੀ ਬਹੁਤ ਇੰਟਰਟੇਨਿੰਗ ਹੈ। ਤੁਹਾਨੂੰ ਦੱਸਿਆ ਕਿ ਸ਼ੁਰੂ ਤੋਂ ਲੈ ਕੇ ਪਹਿਲੇ ਸੀਨ ਤੋਂ ਲੈ ਕੇ ਲਾਸਟ ਵਾਲੇ ਸੀਨ ਤੱਕ ਲਾਫਟਰ ਹੀ ਲਾਫਟਰ ਆ ਫਿਲਮ ਦੇ ਵਿੱਚ, ਤੇ ਉਹ ਵੀ ਕੋਈ ਧੱਕੇ ਨਾਲ ਪਾਇਆ ਹੋਇਆ, ਬੈਕ ਟੂ ਬੈਕ ਪੰਚਸ ਨਹੀਂ ਹੈਗੇ, ਸਿਚੁਏਸ਼ਨਲ ਕਾਮੇਡੀ ਆ, ਬਹੁਤ ਵਧੀਆ ਸਿਚੁਏਸ਼ਨ ਕ੍ਰੀਏਟ ਹੁੰਦੀਆਂ ਜਿਹੜੀਆਂ ਤੁਹਾਨੂੰ ਹੱਸਣ ਲਈ ਮਜਬੂਰ ਕਰਨਗੀਆਂ। ਸੋ ਹਾਂਜੀ, ਇਹ ਮੈਨੂੰ ਲੱਗਦਾ ਇਹ ਸਭ ਤੋਂ ਵੱਡਾ ਰੀਜ਼ਨ ਆ ਕਿ ਕੰਟੈਂਟ ਤੇ ਜਿਹੜਾ ਫਿਲਮ ਦਾ ਪਲੋਟ ਆ ਬਹੁਤ ਵਧੀਆ, ਤੁਹਾਨੂੰ ਬਹੁਤ ਵਧੀਆ ਪਸੰਦ ਆਊਗਾ। ਤੇ ਉਸ ਤੋਂ ਬਿਨਾਂ ਕਾਫੀ ਸਾਰੇ ਰੀਜ਼ਨ ਦਾ, ਜਿੱਦਾਂ ਮੈਂ ਮੈਲਬਨ ਤੋਂ ਹਾਂ ਤਾਂ ਮੈਲਬਨ ਵਾਲਿਆਂ ਨੂੰ ਜ਼ਰੂਰ ਸਪੋਰਟ ਕਰਨੀ ਚਾਹੀਦੀ ਆ ਸਰਗੀ ਫਿਲਮ ਦੀ। ਤੇ ਹਾਂਜੀ, ਤੇ ਉਸ ਤੋਂ ਬਿਨਾਂ ਫਿਲਮ ਦੇ ਗਾਣੇ ਬਹੁਤ ਸੋਹਣੇ ਆ ਹਨਾ। ਤੇ ਬਿਲਕੁਲ ਬਬਲ ਜੀ, ਇੱਕ ਵੀ ਦੱਸ ਦਿਓ ਕਿ ਹੁਣ ਤੁਹਾਡਾ ਗਾਣਾ ਇਸ ਮੂਵੀ 'ਚ ਤਾਂ ਆ ਹੀ ਰਿਹਾ ਆ ਹਨਾ, ਤੇ ਉਸ ਤੋਂ ਇਲਾਵਾ ਆਉਣ ਵਾਲੀ ਮੂਵੀ ਜਾਂ ਤੁਹਾਡਾ ਆਉਣ ਵਾਲਾ ਕੋਈ ਸਿੰਗਲ ਟਰੈਕ ਉਹ ਕਿਹੜਾ ਆ? ਅਰਬਨ ਤੇ ਸੈਡ ਸੌਂਗ ਜਿਹੜੇ ਹੈਗੇ ਆ ਜਿਹਨਾਂ ਨੂੰ ਮੈਂ ਮੈਲਬਨ ਆ ਕੇ ਸ਼ੂਟ ਕਰਨਾ, ਜਲਦੀ ਮੈਂ ਸ਼ਾਇਦ ਅਪ੍ਰੈਲ ਜਾਊਂਗਾ। ਜਿਹੜੀਆਂ ਪੰਜਾਬੀ ਫਿਲਮਾਂ ਨੇ ਉਹ ਕੈਨੇਡਾ ਜਾਂ ਇੰਗਲੈਂਡ ਸ਼ੂਟ ਕਿਉਂ ਹੁੰਦੀਆਂ ਨੇ, ਮੈਲਬਨ ਕਿਉਂ ਨਹੀਂ ਆ ਰਹੀਆਂ ਫਿਲਮਾਂ ਜਾਂ ਆਸਟ੍ਰੇਲੀਆ? ਨਹੀਂ, ਤੁਸੀਂ ਕਦੇ ਗੌਰ ਕਰਿਓ ਜੀ, ਜਿਹੜੀਆਂ ਬਾਲੀਵੁੱਡ ਦੀਆਂ ਈਵਨ ਫਿਲਮਾਂ ਆਸਟ੍ਰੇਲੀਆ ਬਹੁਤ ਘੱਟ ਸ਼ੂਟ ਹੋਈਆਂ ਨੇ, ਹੋਈਆਂ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਪਰ ਘੱਟ ਸ਼ੂਟ ਬਹੁਤ ਘੱਟ। ਹਾਂਜੀ, ਆਈ ਥਿੰਕ ਇੱਥੇ, ਹਾਂਜੀ, ਕਿਉਂਕਿ ਇੱਥੇ ਪ੍ਰੋਡਕਸ਼ਨ ਕਾਸਟ ਜ਼ਿਆਦਾ ਪੈਂਦੀ ਹੈ ਮੈਨੂੰ ਲੱਗਦਾ ਜੀ, ਤੇ ਆਈ ਥਿੰਕ ਇੱਥੇ ਇੰਡਸਟਰੀ ਇੰਨੀ ਹੈ ਨੀਗੀ ਹੈ ਨਾ, ਪ੍ਰੋਡਕਸ਼ਨ ਹਾਊਸ ਇੰਨੇ ਹੈਗੇ ਨੀਗੇ, ਤਾਂ ਕਰਕੇ ਥੋੜ੍ਹੀ ਜਿਹੀ ਕਿਤੇ ਪ੍ਰੋਬਲਮ ਆਉਂਦੀ ਹੈ। ਪਰ ਆਈ ਥਿੰਕ ਅਸੀਂ ਪਹਿਲਾਂ ਵੀ ਇੱਕ ਪਲਾਨ ਕਰ ਰਹੇ ਸੀਗੇ ਫਿਲਮ ਆਸਟ੍ਰੇਲੀਆ ਦੇ ਵਿੱਚ ਸ਼ੂਟ ਕਰਨ ਦੀ, ਤਾਂ ਟੱਚਵੁੱਡ ਜੇ ਰੱਬ ਨੇ ਸਹੀ ਰੱਖਿਆ ਸਾਰਾ ਕੁਛ, ਤਾਂ ਆਪਾਂ ਮੈਲਬਨ ਜ਼ਰੂਰ ਵਧੀਆ ਫਿਲਮ ਸ਼ੂਟ ਕਰਨੀ ਹੈ ਪੰਜਾਬੀ। ਅਰੇ ਵਾਹ, ਹੋਪ ਸੋ ਕਿ ਜਲਦੀ ਇੱਦਾਂ ਹੋ ਸਕੇ ਕਿ ਮੈਲਬਨ ਅਸੀਂ ਵੀ ਫਿਲਮ ਸ਼ੂਟਿੰਗ ਹੁੰਦੀ ਦੇਖ ਸਕੀਏ ਮੈਲਬਨ ਦੇ ਵਿੱਚ। ਤੇ ਬਬਲ ਜੀ,
ਬਿਲਕੁਲ ਹੋ ਬਹਿ ਜਾ ਕਰਦੇ ਆ ਕੰਨਾਂ ਵਾਲੇ ਝੁਮਕੇ ਲੈਂਦੇ ਆ ਸਵਾਦ ਗੱਲਾਂ ਗੋਰੀਆਂ ਨੂੰ ਚੁਮਕੇ ਨੀ ਤੈਨੂੰ ਉਂਗਲਾਂ ਹੁਸਨ ਨੇ ਲਾਹੀਆਂ ਨੀ ਐਵੇਂ ਨਹੀਂ ਉਹ ਤੂੰ ਮੱਚਦੀ ਤੇਰੇ ਲੱਕ ਤੋਂ ਤਿਲਕਦਾ ਲਹਿੰਗਾ ਨੀ ਗਿੱਧੇ ਵਿੱਚ ਤੂੰ ਨੱਚਦੀ ਲੱਕ ਤੋਂ ਤਿਲਕਦਾ ਲਹਿੰਗਾ ਨੀ ਗਿੱਧੇ ਵਿੱਚ ਤੂੰ ਨੱਚਦੀ ਹਾਣ ਦੀ ਕੁੜੀ ਤੇ ਮੁੰਡੇ ਮਾਰਦੇ ਤਰਾਈਆਂ ਸੁਪਰ ਡੁਪਰ ਹਿੱਟ ਹੋਵੇ ਮੂਵੀ ਤੇ ਥੈਂਕ ਯੂ ਤੁਸੀਂ ਰੇਡੀਓ ਹਾਂਜੀ ਨੂੰ ਇੰਨਾ ਜ਼ਿਆਦਾ ਟਾਈਮ ਦਿੱਤਾ ਤੇ ਇੰਨੀਆਂ ਜ਼ਿਆਦਾ ਗੱਲਾਂ ਬਾਤਾਂ ਕੀਤੀਆਂ ਧੰਨਵਾਦ ਤੁਹਾਡਾ ਬਹੁਤ ਬਹੁਤ ਥੈਂਕ ਯੂ ਪੁਨੀਤ ਵੀਰੇ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇੱਕ ਵਾਰੀ ਫੇਰ ਤੋਂ ਤੇ ਮੈਂ ਸਾਰਿਆਂ ਨੂੰ ਤੁਹਾਨੂੰ ਅਪੀਲ ਕਰਦਾ ਕਿ ਮਤਲਬ ਸਰਗੀ ਫਿਲਮ 24 ਤਰੀਕ ਨੂੰ 24 ਫਰਵਰੀ ਨੂੰ ਰਿਲੀਜ਼ ਹੋਣੀ ਹੈ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਆਪਣੇ ਫਰੈਂਡਸ ਨੂੰ ਜਾਂ ਫੈਮਿਲੀਜ਼ ਨੂੰ ਨਾਲ ਲਿਜਾ ਕੇ ਦੇਖ ਕੇ ਆਉਣੀ ਕਿਉਂਕਿ ਬੜੀ ਫੈਮਿਲੀ ਵਾਲੀ ਤੇ ਇੰਟਰਟੇਨਿੰਗ ਮੂਵੀ ਆ ਤੇ ਮੈਂ ਚਾਹੁੰਦਾ ਕਿ ਤੁਸੀਂ ਕੋਈ ਵੀ ਜਿਹੜੇ ਆਪਣੇ ਘਰੇ ਇੰਟਰਨੈਟ ਵਾਲੇ ਬਾਕਸ ਲੱਗੇ ਹੋਏ ਆ ਉਹਨਾਂ ਤੇ ਨਾ ਦੇਖਿਓ ਫਿਲਮ ਕਿਉਂਕਿ ਸਵਾਦ ਨਹੀਂ ਆਉਣਾ ਹੈਗਾ ਫਿਲਮ ਦੇਖਣ ਦਾ ਫਿਲਮ ਵੱਡੇ 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 ਪਰਦੇ ਦੇ ਹਿਸਾਬ ਨਾਲ ਸ਼ੂਟ ਕੀਤੀ ਹੁੰਦੀ ਆ ਤਾਂ ਵੱਡੇ ਪਰਦੇ ਤੇ ਦੇਖ ਕੇ ਮਜ਼ਾ ਆਉਂਦਾ ਤਾਂ ਚਾਹੇ ਇੱਕ ਅੱਧਾ ਦਿਨ ਲੇਟ ਫੇਟ ਚਲੇ ਜਾਇਓ ਪਰ ਟਾਈਮ ਕੱਢ ਕੇ ਸਿਨੇਮੇ ਦੇ ਵਿੱਚ ਜਾ ਕੇ ਫਿਲਮ ਦੇਖ ਕੇ ਆਇਓ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗੀ ਤੇ ਬਾਕੀ ਜੀ ਹਾਂਜੀ ਰੇਡੀਓ ਦੀ ਗੱਲ ਇਹ ਸਾਡਾ ਘਰ ਦਾ ਰੇਡੀਓ ਜੀ ਰਣਜੋਤ ਵੀਰ ਹੋਣਾ ਨੇ ਆਲਵੇਜ਼ ਮੇਰੀ ਬਹੁਤ ਸਪੋਰਟ ਕੀਤੀ ਆ ਤਾਂ ਮੈਂ ਵੀ ਇੱਥੇ ਇੰਟਰਵਿਊ ਕਰਕੇ ਆਲਵੇਜ਼ ਮੈਨੂੰ ਬਹੁਤ ਵਧੀਆ ਲੱਗਦਾ ਤੇ ਮੈਂ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਸਾਰਿਆਂ ਸਾਹਮਣੇ ਰੱਖ ਸਕਦਾ ਸੋ ਥੈਂਕ ਯੂ ਪ੍ਰੀਤ ਵੀਰੇ ਥੈਂਕ ਯੂ ਬਬਲ ਜੀ ਥੈਂਕ ਯੂ ਸਾਰੀ ਜਾਣਕਾਰੀ ਵਾਸਤੇ ਸਾਰੀਆਂ ਪਿਆਰ ਭਰੀਆਂ ਗੱਲਾਂ ਵਾਸਤੇ ਥੈਂਕ ਯੂ ਤੇ ਸਨ ਬਬਲ ਰਾਏ ਜੀ ਜੱਸੀ ਗਿੱਲ ਜੀ ਵੀ ਇਹਨਾਂ ਦੇ ਨਾਲ ਨੇ ਇਸ ਫਿਲਮ ਦੇ ਵਿੱਚ ਤੇ ਨੀਰੂ ਬਾਜਵਾ ਜੀ ਦੀ ਸਿਸਟਰ ਡੈਬਿਊ ਕਰ ਰਹੀ ਹੈ ਰਬੀਨਾ ਬਾਜਵਾ ਫਿਲਮ ਰਿਲੀਜ਼ ਹੋਣ ਜਾ ਰਹੀ ਹੈ 24 ਤਰੀਕ ਨੂੰ ਤੁਹਾਡੇ ਨੇੜੇ ਦੇ ਹੌਟ ਸਿਨੇਮਾਜ਼ ਦੇ ਵਿੱਚ ਜ਼ਰੂਰ ਦੇਖਣ ਜਾਇਓ ਤੇ ਹੋਰ ਜਾਣਕਾਰੀ ਲਈ ਤੇ ਪਿਆਰੀ ਪਿਆਰੀਆਂ ਗੱਲਾਂ ਤੇ ਗਾਣਿਆਂ ਵਾਸਤੇ ਸੁਣਦੇ ਰਹੋ ਤੁਹਾਡਾ ਆਪਣਾ ਰੇਡੀਓ ਹਾਂਜੀ 1674 AM ਦਿਸ ਇਜ਼ ਯੋਰ ਆਪਣਾ ਪੁਨੀਤ ਸਾਈਨਿੰਗ ਆਫ ਨਾਓ।